ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹੁੰਦਾ ਜਿਹੜਾ ਲੈਕਚਰ ਹੈ ਇਹ ਅਸੀਂ ਪਹਿਲੇ 20 ਸੈਸ਼ਨ ਹੋ ਚੁੱਕੇ ਨੇ ਅਸੀਂ ਉਸ ਵਿੱਚ ਸਾਡਾ ਲੈਕਚਰ ਨਹੀਂ ਸੀ ਅਸੀਂ ਪਹਿਲੀ ਵਾਰ ਇਹ ਲੈਕਚਰ ਇੰਟਰੋਡਿਊਸ ਕਰ ਰਹੇ ਹਾਂ ਇਹ ਨਾਮ ਇਸ ਦਾ ਜਿਹੜਾ ਹੈਡਿੰਗ ਰੱਖਿਆ ਸ਼ਬਦ ਵਿਸਮਾਦ ਕਿਉਂਕਿ ਵਾਰ-ਵਾਰ ਸਾਨੂੰ ਦੱਸਿਆ ਜਾਂਦਾ ਹੈ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ और गुरु नानक साहब ने भी किसी ने पूछा सी तेरा गौर कौन गुरु तू किसका चेला के के गुरु नानक साहब ने गल कही सी कि शब्द गुरु सुरत धुन चेला तो शब्द बारे असी आज के शब्द की है शब्द शब्द गुरु किमें होया और इसकी फिलॉसफी की है इस बारे गल करनी है शब्द किसी भी जबान का हो ਅੱਖਰਾਂ ਜਾਂ ਅਲਫਾਬੈਟ ਨਾਲ ਮਿਲ ਕੇ ਬੰਦੇ ਨੇ ਉਹ ਅੱਖਰਾਂ ਨੂੰ تنہائی ਦੀ ਕੈਦ ਵਿੱਚੋਂ ਕੱਢਦਾ ਤੇ ਜੋੜਦਾ ਮਿਲਾਉਂਦਾ ਹੈ। ਉਹ ਹੀ ਅੱਖਰ ਤੋਂ ਬੇਮਾਨੀ ਜਿਹੜੇ ਬੇਮਾਨੀ ਜੇ ਅੱਖਰ ਨੇ ਉਹ ਆਪਸੀ ਸੰਯੋਗ ਦੇ ਨਾਲ ਹਜ਼ਾਰੋਂ ਹਜ਼ਾਰੋਂ ਮਾਇਨੇ ਪੈਦਾ ਕਰਨ ਲੱਗਦੇ ਨੇ। ਚੁੱਪਚਾਪ ਰਹਿਣ ਵਾਲੀਆਂ ਸੁਰਤਾਂ ਦੀ ਸੁੱਤੀ ਆਤਮਾਵਾਂ ਜਿਹੜੀਆਂ ਨੇ ਇਹ ਵੀ ਸ਼ਬਦ ਦੀ ਹੀ ਪੁਕਾਰ ਨਾਲ ਜਾਗਦੀਆਂ ਨੇ। ਮਨੁੱਖ ਸ਼ਬਦਾਂ ਦਾ ਮਜ਼ਦੂਰ ਵੀ ਹੈ। ਅੰਜੀਨ ਵੀ ਇੰਜੀਨੀਅਰ ਵੀ ਹੈ ਔਰ ਆਰਕੀਟੈਕਟ ਵੀ ਹੈ ਜੋ ਜਿਤਨਾ ਸ਼ਬਦਾਂ ਦਾ ਮਾਹਿਰ ਹੈ ਅਤੇ ਕਦਰ ਕਰਨ ਵਾਲਾ ਹੁੰਦਾ ਹੈ ਉਤਨਾ ਹੀ ਆਲਮ ਫਾਜ਼ਲ ਮੰਨਿਆ ਜਾਂਦਾ ਹੈ ਪ੍ਰਮਾਤਮਾ ਨੇ ਮਨੁੱਖਤਾ ਨੂੰ ਸਿੱਧੇ ਰਸਤੇ ਲਗਾਣ ਲਗਾਣਾ ਚਾਹਿਆ ਤਾਂ ਸ਼ਬਦਾਂ ਦੇ ਰਾਹੀ ਤਾਂ ਜਿਸ ਤਰ੍ਹਾਂ ਅਸੀਂ ਗੇਂਦ ਨਾਲ ਕਈ ਪ੍ਰਕਾਰ ਦੀਆਂ ਖੇਡਾਂ ਖੇਡ ਲੈਣੀਆਂ ਜਾਂ ਹੋਰ ਖਿਡੌਣਿਆਂ ਨਾਲ ਖੇਡਾਂ ਖੇਡ ਲੈਣੀਆਂ ਇਸੇ ਤਰ੍ਹਾਂ ਸ਼ਬਦਾਂ ਨਾਲ ਵੀ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਜਿਹਨੀਆਂ ਨੇ ਇਹ ਭਾਸ਼ਾ ਖੇਡਾਂ ਖੇਡ ਸਕਦੇ ਆ ਸੀ ਇੰਡੀਅਨ ਫਲਸਫੀ ਦੇ ਲਗਭਗ ਸਾਰਿਆਂ ਸਕੂਲਸ ਦੇ ਵਿੱਚ ਫਲਸਫੀ ਆਫ ਸਕੂਲਸ ਦੇ ਵਿੱਚ ਸ਼ਬਦ ਨੂੰ ਗਿਆਨ ਦਾ ਇੱਕ ਸਰੋਤ ਮੰਨਿਆ ਗਿਆ ਔਰ ਭਗਤੀ ਲਹਿਰ ਦੇ ਸਾਰੇ ਵਿਚਾਰਕ ਸ਼ਬਦ ਨੂੰ ਗਿਆਨ ਸਰੋਤ ਹੀ ਨਾ ਮੰਨ ਕੇ ਉਸ ਨੂੰ ਮੋਕਸ਼ ਦਾ ਜਾਂ ਮੁਕਤੀ ਦਾ ਜਿਹੜਾ ਮਾਰਗ ਵੀ ਕਹਿ ਦਿੰਦੇ ਨੇ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਜਾਂ ਕੋਈ ਭ੍ਰਾਂਤੀ ਨਹੀਂ ਹੈ ਕਿ ਆਰੰਭ ਵਿੱਚ ਜਿਹੜਾ ਮਨੁੱਖ ਹੈ ਦੁਨੀਆ ਆਵਾਜ਼ਾਂ ਸੰਕੇਤਾਂ ਤੇ ਬਾਵਾਂ ਦਾ ਮੇਲਜੋਲ ਦੇ ਨਾਲ ਕਮਿਊਨੀਕੇਸ਼ਨ ਕਰਦਾ ਸੀ ਇੱਕ ਦੂਜਰੇ ਨਾਲ ਜਿਹੜਾ ਸਮਾਂ ਕਰਦਾ ਸੀ ਔਰ ਸੱਭਿਆਚਾਰ ਦੇ ਵਿਕਾਸ ਨਾਲ ਜਿਵੇਂ ਜਿਵੇਂ ਮਨੁੱਖਤਾ ਦਾ ਵਿਕਾਸ ਹੁੰਦਾ ਉਸ ਤਰ੍ਹਾਂ ਦੁਨੀਆ ਤੇ ਸੰਕੇਤਾਂ ਦਾ ਜਿਹੜਾ ਚਿੰਨਾਂ ਦਾ ਜਿਹੜੇ ਵਿਸ਼ੇਸ਼ ਅੱਖਰ ਜਿਹੜੇ ਨੇ ਉਹ ਨਿਰਧਾਰਿਤ ਹੁੰਦੇ ਗਏ ਔਰ ਭਗੋਲਕ ਪ੍ਰਸਥਿਤੀਆਂ ਦੇ ਹਿਸਾਬ ਨਾਲ ਅਲੱਗ-ਅਲੱਗ ਥਾਵਾਂ ਤੇ ਮੈਂ ਵਰਡ ਦੀ ਕਿਆਨਾਤ ਦੀ ਗੱਲ ਕਰ ਰਿਹਾ ਉਥੇ ਇਹ ਭਾਸ਼ਾਵਾਂ ਅਲੱਗ-ਅਲੱਗ ਹੋਂਦ ਵਿੱਚ ਆਈਆਂ ਹਿੰਦੂ ਹਿੰਦੂਇਜ਼ਮ ਦੇ ਵਿੱਚ ਵੇਦਾਂ ਵਿੱਚ ਸਭ ਤੋਂ ਪੁਰਾਤਨ ਗ੍ਰੰਥ ਰਿਗਵੇਦ ਹੈ ਉਸ ਤੋਂ ਮੰਨਿਆ ਜਾਂਦਾ ਹੈ ਕਿ ਕਿਹਾ ਜਾਂਦਾ ਹੈ ਕਿ ਰਿਗਵੇਦ ਨੂੰ ਹੀ ਬ੍ਰਹਮਾ ਨੇ ਉਚਾਰਨ ਕੀਤਾ ਇਸ ਲਈ ਵੇਦ ਭਾਸ਼ਾ ਸੰਸਕ੍ਰਿਤ ਨੂੰ ਦੇਵੀ ਭਾਸ਼ਾ ਮੰਨ ਲਿਆ ਗਿਆ ਇਸੇ ਤਰ੍ਹਾਂ ਬਾਈਬਲ ਦੀ 히బ్రੂ ਬਾਈਬਲ ਜਿਹੜਾ ਹੈ 히బ్రੂ ਲੈਂਗੁਏਜ ਦੇ ਵਿੱਚ ਹੈ ਤੇ ਉਸ ਨੂੰ ਜਿਹੜੀ 히బ్రੂ ਨੂੰ ਜਿਹੜੀ ਹੈ ਉਹ ਪ੍ਰਮਾਤਮਾ ਦੀ ਭਾਸ਼ਾ ਮੰਨਿਆ ਗਿਆ ਕੁਰਾਨ ਮਜੀਦ ਦੀ ਅਰਬੀ ਭਾਸ਼ਾ ਨੂੰ ਉਹਨਾਂ ਦੇ ਪੈਰਾ ਪੈਰਾ ਉਮਕਰਾਂ ਦੇ ਅਨੁਸਾਰ ਰੱਬੀ ਭਾਸ਼ਾਵਾਂ ਕਿਹਾ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਧਰਮ ਗ੍ਰੰਥ ਅੱਖਰਾਂ ਦੇ ਜੋੜ ਨਾਲ ਬਣੇ ਸ਼ਬਦਾਂ ਦੇ ਹੀ ਸੰਗ੍ਰਹਿ ਨੇ ਰੱਬ ਇੱਕ ਹੈ ਪਰ ਵੱਖਰੇ ਵੱਖਰੇ ਧਰਮਾਂ ਨੇ ਵੱਖਰੇ ਵੱਖਰੇ ਮਸਬਾ ਨੇ ਆਪਣੀ ਭਾਸ਼ਾ ਸਭਿਆਚਾਰ ਬਗੋਲਕ ਵੱਖਰੇਵੇਂ ਅਨੁਸਾਰ ਵੱਖ-ਵੱਖ ਨਾਮ ਦੇ ਦਿੱਤੇ ਜਿਵੇਂ ਜਿਵੇਂ ਕਿਸੇ ਨੂੰ ਅਨੁਭਵ ਹੋਇਆ ਉਹਵੇਂ ਉਸਨੇ ਆਪਣੀ ਭਾਸ਼ਾ ਦੇ ਸ਼ਬਦਾਂ ਵਿੱਚ ਪਰਮਾਤਮਾ ਬਾਰੇ ਜਿਹੜਾ ਉਹ ਵਰਣਨ ਕਰ ਦਿੱਤਾ ਔਰ ਗੁਰਮਤ ਵਿੱਚ ਜਿਹੜੀ ਗੱਲ ਹੈ ਉਹ ਸ਼ਬਦ ਕੇਵਲ ਅੱਖਰਾਂ ਦੇ ਜੋੜ ਨਹੀਂ ਬਣਿਆ ਬਲਕਿ ਪਦ ਨਹੀਂ ਹੈ ਇਹ ਅਕਾਲ ਪੁਰਖ ਦੀ ਆਵਾਜ਼ ਜਿਹੜੀ ਹੈ ਉਹ ਮੰਨੀ ਗਈ ਜੋ ਓਕਾਰ ਦੇ ਰੂਪ ਦੇ ਵਿੱਚ ਸਾਡੇ ਸਰਵ ਵਿਆਪਕ ਹੈ ਜੋ ਨਾਮ ਦੇ ਰੂਪ ਵਿੱਚ ਖੰਡਾਂ ਬਰਮੰਡਾਂ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਵੀ ਨਾਮ ਦੀ ਗੱਲ ਕੀਤੀ ਤਾਂ ਸ਼ਬਦ ਦਾ ਅਰਥ ਜਿਹੜਾ ਉਹ ਇੱਕ ਨਿਰਮਲ ਦੁਨੀ ਹੈ ਆ ਇੱਕ ਇਤਿਹਾਸਕ ਤੌਰ ਤੇ ਵੀ ਗੱਲ ਆਉਂਦੀ ਹੈ ਕਿ ਭਾਈ ਮਨੀ ਸਿੰਘ ਨੂੰ ਨੈ ਇੱਕ ਦੁਆਰਾ ਲਿਖੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲਿਖਵਾਈ ਇੱਕ ਸਿੱਖਾਂ ਦੀ ਭਗਤ ਮੱਲ ਹੈ ਉਹਦੇ ਵਿੱਚ ਆਂਦਾ ਹੈ ਕਿ ਸੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਕਿ ਜੇ ਸਰੀਰਕ ਤੌਰ ਤੇ ਜਦੋਂ ਤੁਸੀਂ ਸਾਡੇ ਵਿੱਚ ਨਹੀਂ ਰਹੋਗੇ ਤਾਂ ਫਿਰ ਅਸੀਂ ਕੀ ਕਰਾਂਗੇ ਕੀ ਐਸਾ ਨਹੀਂ ਹੋ ਸਕਦਾ ਕਿ ਤੁਸੀਂ ਸਾਡੇ ਨਾਲ ਹੀ ਰਹੋ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੇ ਸਰੀਰ ਨਾਲ ਜੁੜੇ ਰਹੋਗੇ ਤਾਂ ਵਿਛੜ ਜਾਓਗੇ ਜੇ ਸ਼ਬਦ ਨਾਲ ਜੁੜੇ ਰਹੋਗੇ ਤਾਂ ਹਮੇਸ਼ਾ ਨਾਲ ਜੁੜੇ ਰੋਗੇ ਇਸ ਲਈ ਸ਼ਬਦ ਦੀ ਜਿਹੜੀ ਗੱਲ ਹੈ ਤਾਂ ਇਹਦੀ ਇੱਕ ਮਿਸਾਲ ਦੇ ਕੇ ਮੈਂ ਗੱਲ ਖਤਮ ਕਰਾਂਗਾ ਗੁਰਬਾਣੀ ਦੀ ਬੜੀ ਹੀ ਖੂਬਸੂਰਤ ਲਾਈਨ ਹੈ ਮੇਰੀ ਸੇਜੜੀ ਏ ਅਡੰਬਰ ਬਣਿਆ ਮਨ ਆਨੰਦ ਭਿਆ ਪ੍ਰਭ ਆਵਤ ਸੁਨਿਆ ਤੇ ਉਹ ਲਿਖਾਰੀ ਲਿਖਦਾ ਕਿ ਜਦੋਂ ਮੈਂ ਇਹ ਲਾਈਨ ਪੜ੍ਹੀ ਗੁਰਬਾਣੀ ਦੀ ਤਾਂ ਮੈਂ ਕਹਿੰਦਾ ਹੈਰਾਨ ਹੋ ਗਿਆ ਕਿ ਕਿਵੇਂ ਲਕੀਰਾਂ ਨਾਲ ਇੱਕ ਅੱਖਰ ਬਣ ਜਾਂਦਾ ਹੈ ਕਿਵੇਂ ਅਚਾਨਕ ਅੱਖਰ ਵਿੱਚੋਂ ਆਵਾਜ਼ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਅੱਖਰ ਨਾਲ ਅੱਖਰ ਜੁੜ ਕੇ ਸ਼ਬਦ ਬਣ ਕੇ ਅੱਖਰ ਅਰਥ ਦਿੰਦੇ ਨੇ ਤੇ ਖੂਬਸੂਰਤ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਹੈ ਇਹ ਕਰਾਮਾਤ ਹੈ ਤੇ ਇਹ ਜਿਹੜੀ ਸ਼ਬਦ ਗੁਰੂ ਦੀ ਗੱਲ ਜਾਂ ਸ਼ਬਦ ਦੀ ਕਰਾਮਾਤ ਹੈ ਉਸ ਬਾਰੇ ਡਾਕਟਰ ਭਜਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਅਗਲੇ ਲੈਕਚਰ 'ਚ ਆਪਣੀ ਗੱਲ ਕਰਨਗੇ ਕਿ ਸ਼ਬਦ ਵਿਸਮਾਦ ਕੀ ਹੈ ਜਾਂ ਸ਼ਬਦ ਗੁਰੂ ਸ਼ਬਦ ਦਾ ਰੈਲੇਵੈਂਸ ਕੀ ਹੈ ਉਸ ਬਾਰੇ ਆਓ वागुरु जी का खालसा वागुरु जी की आओ एक बार फिर अपना मन अपनी सुरत एकागर करिए जितने हुए विषय न समझने वास्ते प्रयत्न करिए एक किसी सहजधारी बीबी ਨੇ ਸਵਾਲ ਆਇਆ ਸੀ ਕਹਿੰਦੇ ਸਮਝ ਨਹੀਂ ਆਉਂਦੀ ਕਿ ਤੁਸੀਂ ਜਿਹੜਾ ਪਹਿਲਾਂ ਬੋਲਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਕਹਿੰਦੇ ਅਰਥ ਕੀ ਰਿਹਾ ਉਹ ਇਸ ਕੇ ਅਰਥ ਹੈ ਕਿ ਖਾਲਸਾ ਇਹ ਗੁਰੂ ਦਾ ਜੋ ਬਣਾਇਆ ہوا ਸਿੱਖ ਹੈ ਜੋ ਸਿੱਧਾ ਗੁਰੂ ਸੇ ਜੁੜਾ ਹੋਇਆ ਹੈ ਉਹ ਪਰਮੇਸ਼ਵਰ ਦਾ ਬੰਦਾ ਹੈ। ਇਸ ਹੀ ਮਨੁष्य ਦੀ ਪੂਜਾ ਕਰਨੇ ਵਾਲਾ ਨਹੀਂ ਹੈ। एक अकाल की पूजा करने वाला है और उसी का बंदा है उसी को समर्पित है परमेश्वर को और जीत जो है उसका यकीन है कि जीत हमेशा परमेश्वर की इसी की होती है कम्युनिटी जीत नहीं गुरु गोविंद सिंह महाराज जी ने जब युद्ध जीता बंगाणी का तो उन्होंने उच्चारण किया भाई जीत मेरी कृपा खाल के रही ये तेरी जीत है मेरी जीत नहीं है तो ये हमें ये शिक्षा देता है ये स्लोगन कि हम दूसरों को सप्रेस करके अपनी सुप्रीमेसी समय नहीं स्थापित करना बल्कि उस परमेश्वर के सुप्रीमेसी जगत में हो इसके लिए खालसा ने प्रयत्न करना है तो आओ अपने विशेष आइए मैं विशा जरा देता है शब्द विस्माद भाव यह है पहला तो शब्द की है विस्माद की है इसनों ਅਸੀਂ ਜਿਹੜਾ ਇਹਦਾ ਸ਼ਾਬਦਿਕ ਅਰਥ ਬਣਦੇ ਨੇ ਉਹਨੂੰ ਸਮਝੀਏ ਸ਼ਬਦ ਸੰਸਕ੍ਰਿਤ ਦੇ ਜਿਹੜਾ ਮੂਲ ਸ਼ਬਦ ਹੈ ਉਹ ਹੈ ਵਦ ਵਦ ਅਰਥ ਹੁੰਦਾ ਹੈ ਬੋਲਣਾ ਆਵਾਜ਼ ਕਰਨਾ ਸਾਊਂਡ ਕਰਨਾ ਸਾਵਦ ਸਾਧ ਅਰਥ ਹੁੰਦਾ ਹੈ ਇੱਕ ਤੇ ਹੁੰਦਾ ਹੈ ਸੰਗ ਜੋ ਚੀਜ਼ ਨਾਲ ਰਹਿਣ ਵਾਲੀ ਹੋਵੇ ਦੂਜਾ ਸਾਹ ਦੇ ਨਾਲ ਪੋਜੀਟਿਵ ਅਰਥ ਬਣ ਜਾਂਦੇ ਨੇ ਕਿ ਚੰਗਾ ਬੋਲ ਹੈ ਪਵਿੱਤਰ ਬੋਲ ਹੈ ਪਵਿੱਤਰ ਬਾਣੀ ਹੈ ਉਹ ਸ਼ਬਦ ਹੈ ਸਾ ਦਾ ਫਿਰ ਅੱਗੇ ਵਾ ਵਿਗੜ ਕੇ ਬਾ ਹੋ ਗਿਆ ਹੈ ਔਰ ਸਾ ਵਿਗੜ ਕੇ ਸ਼ਾ ਹੋ ਗਿਆ ਹੈ ਇਸ ਕਰਕੇ ਅਗਰ ਇਹਨੂੰ ਕੋਈ ਸ਼ਬਦ ਬੋਲਦਾ ਹੈ ਉਹ ਵੀ ਠੀਕ ਹੈ ਜੇ ਇਹਨੂੰ ਕੋਈ ਸ਼ਬਦ ਕਹਿੰਦਾ ਤਾਂ ਉਹ ਵੀ ਠੀਕ ਹੈ ਇਹਦੇ ਲਈ ਵਿਵਾਦ ਨਹੀਂ ਕਰਨਾ ਚਾਹੀਦਾ ਛੋਟੀਆਂ-ਛੋਟੀਆਂ ਗੱਲਾਂ ਲਈ ਕਿ ਨਹੀਂ ਇਹਨੂੰ ਸ਼ਾਇਬ ਬੋਲਣਾ ਹੈ ਜਾਂ ਇਸਨੂੰ ਸਾਇਬ ਬੋਲਣਾ ਹੈ ਇਸ ਦੇ ਸਬੰਧ ਵਿੱਚ ਮੈਂ ਬਿਲਕੁਲ ਕਲੀਅਰ ਹਾਂ ਕਿ ਮੂਲ ਜਿਹੜਾ ਹੈ ਇਹ ਸ਼ਬਦ ਹੈ ਕਿਉਂਕਿ ਸਾ ਲੱਗਿਆ ਹੈ ਨਾਲ ਵੱਧ ਤੇ ਪਰੰਤੂ ਇਸ ਦਾ ਅੱਗੇ ਸੰਸਕ੍ਰਿਤ ਵਿੱਚ ਵਿਚਾਰਨ ਜਿਹੜਾ ਹੈ ਉਹ ਸ਼ਬਦ ਹੋ ਗਿਆ ਕਵਤ ਕੀ ਹੈ ਪਹਿਲੀ ਗੱਲ ਇਹ ਸਮਝਣੀ ਜਿਹੜੇ ਸੰਸਾਰ ਦੇ ਧਰਮ ਈਸ਼ਵਰਵਾਦੀ ਨੇ ਜਿਹੜੇ ਕਹਿੰਦੇ ਪ੍ਰਮਾਤਮਾ ਹੈ ਉਹਨਾਂ ਦਾ ਪੱਕਾ ਯਕੀਨ ਹੈ ਕਿ ਉਹ ਆਪਣੇ ਭਗਤਾਂ ਨਾਲ ਇੰਟਰੈਕਸ਼ਨ ਵੀ ਕਰਦਾ ਹੈ ਉਹਨਾਂ ਨਾਲ ਬੋਲਦਾ ਵੀ ਹੈ ਉਹਨਾਂ ਨਾਲ ਗੱਲ ਵੀ ਕਰਦਾ ਹੈ ਗੱਲ ਇਸ ਤਰ੍ਹਾਂ ਨਹੀਂ ਜਿਵੇਂ ਅਸੀਂ ਆਪਸ ਵਿੱਚ ਕਰਦੇ ਹਾਂ ਉਹ ਜਿਸ ਵੀ ਤਰੀਕੇ ਨਾਲ ਕਰਦੇ ਉਹਦੇ ਵੱਖ-ਵੱਖ ਵੱਖ-ਵੱਖ ਮੈਥਡ ਹਨ ਖਾਸ ਕਰਕੇ ਕੁਰਾਨ ਜਿਹੜੀ ਹੈ ਉਹ 7 ਤਰੀਕਿਆਂ ਨਾਲ ਉਹਦਾ ਅਵਤਾਰਨ ਹੁੰਦਾ ਹੈ ਕਦੇ ਲਿਖਤ ਵਿੱਚ ਆ ਜਾਂਦਾ ਹੈ ਕਦੇ ਕੋਈ ਘੰਟੀਆਂ ਵਰਗੀ ਆਵਾਜ਼ ਤੋਂ ਪੈਗੰਬਰ ਸਾਹਿਬ ਸਮਝ ਲੈਂਦੇ ਨੇ ਕੁਰਾਨ ਦੀਆਂ ਆਇਤਾਂ ਕਦੇ ਪ੍ਰਮਾਤਮਾ ਪਰਦੇ ਪਿੱਛੇ ਬੋਲਦਾ ਹੈ ਕਦੇ ਕਿਸੇ ਹੋਰ ਸਾਧਨ ਰਾਹੀਂ ਕਮਿਊਨੀਕੇਟ ਉਹ ਸੱਤ ਤਰੀਕੇ ਹਨ ਤੋਂ ਪਰਮਾਤਮਾ ਆਪਣੇ ਭਗਤਾਂ ਨਾਲ ਗੱਲਬਾਤ ਕਰਦਾ ਹੈ ਆਪਣਾ ਜਿਹੜਾ ਉਸ ਦੀ ਪ੍ਰਾਰਥਨਾ শ্রবণ ਕਰਦਾ ਤੇ ਫਿਰ ਉਹ ਆਪ ਮਾਰਗਦਰਸ਼ਕ ਬਣ ਕੇ ਪੈਗੰਬਰਾਂ ਨੂੰ ਜੋ ਸੰਸਾਰ ਨੂੰ ਕਹਿਣਾ ਹੈ ਉਹ ਕਮਿਊਨੀਕੇਟ ਕਰਦਾ ਹੈ ਜੈਸੀ ਮਿਆਵੇ ਖਸਮ ਕੀ ਬਾਣੀ ਐਸਲਾ ਕਰੀ ਗਿਆਨ ਵਿੱਚ ਡਾਲੋ ਤਾਂ ਸਾਰੇ ਹੀ ਧਰਮ ਜਿਹੜੇ ਈਸ਼ਵਰ ਨੂੰ ਮੰਨਦੇ ਨੇ ਉਹ ਸ਼ਬਦ ਪ੍ਰਸਤ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਨੇ ਇਸ ਕਰਕੇ ਇਹ અભਿਮਾਨ ਕਦੇ ਨਹੀਂ ਸਿੱਖਨੇ ਕਰਨਾ ਕਿ ਬਾਣੀ ਨੂੰ ਮੰਨਣ ਵਾਲਾ ਕੇਵਲ ਉਹ ਹੀ ਹੈ ਇਹ ਵਿਚਾਰ ਤਿਆਗ ਦੇਣਾ ਸਾਰੇ ਹੀ ਉਹ ਧਰਮ ਜਿਨ੍ਹਾਂ ਦਾ ਪਰਮੇਸ਼ਰ ਦੀ ਐਗਜ਼ਿਸਟੈਂਸ ਵਿੱਚ ਉਸ ਦੀ ਹੋਂਦ ਵਿੱਚ ਯਕੀਨ ਹੈ ਵਿਸ਼ਵਾਸ ਹੈ ਉਹ ਸਾਰੇ ਦੇ ਸਾਰੇ ਪਰਮੇਸ਼ਰ ਦੇ ਸ਼ਬਦ ਵਿੱਚ ਵੀ ਯਕੀਨ ਰੱਖਦੇ ਨੇ ਦੂਜਾ ਸ਼ਬਦ ਜਿਹੜਾ ਹੈ ਉਹ ਹੈ ਵਿਸਮਾਤ ਵਿਸਮਾਹ ਹੁੰਦਾ ਹੈ ਹੈਰਾਨੀ ਵਿਸਮਾਦ ਉਹ ਆਨੰਦ ਹੈ ਜਦੋਂ ਬੰਦਾ ਪਰਮੇਸ਼ਰ ਦੇ ਅਨੰਤਤਾ ਦਾ ਅਨੁਭਵ ਕਰਦਾ ਹੈ ਤੇ ਉਹ ਹੈਰਾਨ ਵੀ ਹੁੰਦਾ ਹੈ ਤੇ ਉਹਨੂੰ ਸਵਾਦ ਵੀ ਆਉਂਦਾ ਹੈ ਆਨੰਦ ਵੀ ਆਉਂਦਾ ਹੈ ਉਸ ਨੂੰ ਅਸੀਂ ਵਿਸਮਾਦ ਕਹਾਂਗੇ ਇੱਕ ਤੇ ਹੁੰਦਾ ਨਾ ਵੀ ਕੋਈ ਮਠਾਈ ਖਾ ਲਈ ਕੋਈ ਚੀਜ਼ ਖਾ ਲਈ ਸਵਾਦ ਆਇਆ ਬੜਾ ਆਨੰਦ ਆਇਆ ਪਰੰਤੂ ਉਸਨੇ ਕੋਈ ਹੈਰਾਨ ਥੋੜਾ ਕਿ ਪਹਿਲਾਂ ਵੀ ਸਵਾਦ ਲੀਆਂ ਚੀਜ਼ਾਂ ਖਾਂਦੇ ਕਦੇ ਕਦੇ ਕੋਈ ਚੀਜ਼ ਐਸੀ ਵੇਖਦੇ ਆਂ ਜਿਹੜੀ ਕਦੇ ਨਹੀਂ ਡਿੱਠੀ ਉਸ ਨੂੰ ਵੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਫਿਰ ਜੇ ਪਰਮੇਸ਼ਰ ਵੱਲ ਧਿਆਨ ਹੋਵੇ ਵੀ ਕਿਆ ਕੁਦਰਤ ਉਸਨੇ ਕਿੰਨੇ ਪ੍ਰਕਾਰ ਦੀਆਂ ਚੀਜ਼ਾਂ ਬਣਾਈਆਂ ਨੇ ਉਹਦੇ ਵਿੱਚੋਂ ਆਨੰਦ ਵੀ ਆਉਂਦਾ ਹੈ ਉਹ ਜਿਹੜਾ ਆਨੰਦ ਜਿਸ ਵਿੱਚ ਬੰਦਾ ਬ੍ਰਹਮ ਦੀ ਪ੍ਰਭੂ ਦੀ ਵਾਇਗੁਰੂ ਦੀ ਅਕਾਲ ਪੁਰਖ ਦੀ ਅਨੰਤਤਾ ਵੇਖ ਕੇ ਜਦੋਂ ਉਹ ਆਨੰਦ ਵਿੱਚ ਜਾਂਦਾ ਹੈ ਉਸ ਨੂੰ ਅਸੀਂ ਵਿਸਮਾਦ ਕਹਿ ਲੈਂਦੇ ਹਾਂ ਇਹ ਵਿਸਮਾਦ ਜਿਹੜਾ ਹੈ ਇਹ ਵਾਹ ਗੁਰੂ ਪਦ ਦੇ ਵਿੱਚ ਹੈ ਵਾਹ ਵਾਹ ਕਦੋਂ ਨਿਕਲੇਗੀ ਜਦੋਂ ਵਿਸਮਾਦ ਆਏਗਾ ਵਾਹ ਉਦੋਂ ਨਿਕਲੇਗੀ ਜਦੋਂ ਬੰਦਾ ਹੈਰਾਨ ਹੋ ਜਾਏਗਾ ਪਰਮੇਸ਼ਰ ਦੀ ਕੁਦਰਤ ਨੂੰ ਵੇਖ ਕੇ ਉਦੋਂ ਮੂੰਹ ਚੋਂ ਵਾਹ ਨਿਕਲੇਗਾ ਤੋਂ ਵਾਹ ਗੁਰੂ ਇੱਕ ਵਿਸਮਾਦੀ ਪਦ ਹੈ ਵਾ ਕੋ ਨਾਮ ਥੋੜਾ ਹੈ ਵਾ ਤੇ ਨਾਮ ਦਾ ਆਨੰਦ ਹੈ ਇਹ ਧਿਆਨ ਰੱਖਣਾ ਹੈ ਜਿਹੜਾ ਵਾਇਗਰੂ ਹੈ ਇਹ ਤੇ ਉਸ ਦੀ ਅਨੰਤਤਾ ਦਾ ਸੁਆਦ ਹੈ ਰਸ ਹੈ ਅਸੀਂ ਤੇ ਬੜੇ ਬੇਰਸੇ ਤਰੀਕੇ ਨਾਲ ਹੀ ਕਦੇ-ਕਦੇ ਵਾਇਗਰੂ ਵਾਇਗਰੂ ਕਰਨ ਲੱਗ ਜਾਂਦੇ ਹਾਂ ਨਾਲ ਵਾਲਾ ਉਂਝ ਵੀ ਕਈ ਵਾਰੀ ਡਰ ਜਾਂਦਾ ਵੀ ਇਸ ਤਰੀਕੇ ਨਾਲ उसना ये एक परम आनंद लखाएक यह शब्द है वागुरू जिस विचो ओ रस आवे जहाँ किसी होर वस्तु आया नहीं और आवे कदों जो कुदरत अनंतता आनंद आए ये ध्यान रखना जो योगी है एकल साधक है ਇਕਾਂਤਵਾਸੀ ਹੈ ਸੰਨਿਆਸੀ ਹੈ ਜਗਤ ਤੋਂ નિર્ਲੇਪ ਰਹਿੰਦਾ ਹੈ ਉਸ ਨੂੰ ਕੁਦਰਤ ਅੱਛੀ ਨਹੀਂ ਲੱਗਦੀ ਇਸ ਕਰਕੇ ਉਸ ਦੇ ਗਿਆਨ ਵਿੱਚ ਵਿਸਮਾਦ ਨਹੀਂ ਆ ਸਕਦਾ ਕਿਉਂਕਿ ਕੁਦਰਤ ਚੌਗਿਰਦਾ ਉਸ ਨੂੰ ਖਰਾਬ ਲੱਗਿਆ ਤਾਂ ਉਹ ਜਾ ਕੇ ਕਿਸੇ ਗੁਫਾ ਵਿੱਚ ਛਿਪ ਗਿਆ ਹੈ ਕਿਸੇ پہاੜੀ ਤੇ ਚੜ ਗਿਆ ਹੈ ਕਿਸੇ ਜੰਗਲ ਵਿੱਚ ਜਾ ਛਿਪਿਆ ਹੈ ਉਹ ਜੰਗਲ ਚ ਕੁਟਿਆ ਬਣਾ ਕੇ ਕਿਸੇ ਦੇ ਮੱਥੇ ਨਹੀਂ ਲੱਗਣਾ ਐਸੀ ਜਗ੍ਹਾ ਤੇ ਬੈਠ ਗਿਆ ਹੈ ਜਿਹੜਾ ਸੰਗਤੀ ਧਰਮ ਹੈ ਉਹ ਕੁਦਰਤ ਨੂੰ ਵਿਸਵਾਦ ਰੂਪ ਵਿੱਚ ਪ੍ਰਸਤੁਤ ਕਰਦਾ ਹੈ ਕਿ ਇਹ ਤੇ ਸਾਰਾ ਆਨੰਦ ਹੀ ਨੰਦ ਹੈ ਸਭ ਫੁੱਲਾਂ ਕੀ ਬਾਗਾਂ ਇਹ ਤੇ ਖਿੜਿਆ ਹਬ ਸੰਸਾਰ ਜਿਉ ਸਾਰਾ ਸੰਸਾਰ ਖਿੜਿਆ ਪਿਆ ਅਰਿਆ ਪਿਆ ਸਾਰੇ ਪਾਸੇ ਅਨੰਤ ਹੀ ਨੰਦ ਬਿਖਰਿਆ ਹੋਇਆ ਹੈ ਇਹ ਦ੍ਰਿਸ਼ਟੀ ਗੁਰੂ ਮਹਾਰਾਜ ਜੀ ਨੇ ਦਿੱਤੀ ਹੈ ਸਭ ਇਹ ਅਨੰਦ ਆਏਗਾ ਕਨੂੰ ਜਦੋਂ ਅਸੀਂ ਪਹਿਲੇ ਲੈਕਚਰ ਵਿੱਚ ਕਿਹਾ ਸੀ ਕਿ ਜਦੋਂ ਸਾਰੇ ਲੋਕਾਂ ਵਿੱਚ ਧਰਮ ਦੀ ਸਥਾਪਨਾ ਵੇਖਾਂਗੇ ਜਦ ਸਾਰੇ ਲੋਕਾਂ ਵਿੱਚ ਜਦੋਂ ਈਸ਼ਵਰ ਦਾ ਨੂਰ ਜਦੋਂ ਨਜ਼ਰ ਆਏਗਾ ਤਦੋਂ ਬੰਦੇ ਨੂੰ ਵਿਸਮਾਦ ਆ ਸਕਦਾ ਹੈ ਜਿਸ ਨੂੰ ਨਿਆਰਾਪਣ ਚੰਗਾ ਹੀ ਲੱਗਦਾ ਜਿਸ ਨੂੰ ਮੁਸਲਮਾਨ ਦੀ ਟੋਪੀ ਦੇ ਕੇ ਨਫਰਤ ਹੋ ਜਾਵੇ ਜਿਸ ਨੂੰ ਮਸਜਿਦ ਦੇਖ ਕੇ ਨਫਰਤ ਹੋ ਜਾਏ ਜਾਂ ਕਿ ਕੋਈ ਸ਼ਿਵਾਲਾ ਦੇਖ ਕੇ ਨਫਰਤ ਹੋ ਜਾਏ ਕਿਸੇ ਦੀ ਵੇਸ਼ ਭੂਸ਼ਾ ਕਿਸੇ ਦੀ ਧਾਰਮਿਕ ਰੌ ਰੀਤੀ ਦੇਖ ਕੇ ਅਗਰ ਮਨ ਦੇ ਵਿੱਚ ਕੋਈ ਖਟਾਸ ਆ ਜਾਵੇ ਉਸ ਵਿਅਕਤੀ ਨੂੰ ਕਦੇ ਵੀ ਆਨੰਦ ਨਹੀਂ ਆ ਸਕਦਾ ਵਿਸਮਾਦ ਕੀ ਹੈ ਮੇਰੀ ਬੜੀ ਵਿਆਖਿਆ ਹੈ ਆਸਾ ਦੀ ਵਾਰ ਵਿੱਚ ਜੋ ਕੁਝ ਹੈ ਸਭ ਚੰਗਾ ਹੈ ਜਦੋਂ ਤੱਕ ਬੰਦਾ ਇਹ ਨਹੀਂ ਮੰਨਦਾ ਤਦੋਂ ਤੱਕ ਵਿਸਮਾਦ ਨਹੀਂ ਪ੍ਰਾਪਤ ਹੁੰਦਾ ਵਾਇਗਰੂ ਨਹੀਂ ਜਪ ਸਕਦਾ ਬੰਦਾ ਵਾਇਗਰੂ ਜਪਿਆ ਤਦੋਂ ਸਾਰਥਕ ਹੈ ਜਦੋਂ ਬੰਦੇ ਨੂੰ ਸਾਰੀ ਕੁਦਰਤ ਵਿੱਚ ਰੱਬ ਦਾ ਨੂਰ ਇੱਕ ਰੱਬ ਦਾ ਨੂਰ ਨਜ਼ਰ ਆਵੇ ਉਦੋਂ ਜੇ ਵਾਗਿਰੂ ਮੂਹ ਵਿੱਚੋਂ ਨਿਕਲੇ ਉਹ ਸਾਰਸਕ ਹੈ ਕਿ ਜੇ ਨਾ ਅੰਦਰ ਕਿਤੇ ਰੱਬ ਵਸਦਾ ਨਜ਼ਰ ਆਇਆ ਨਾ ਬਾਹਰ ਵਸਦਾ ਨਜ਼ਰ ਆਇਆ ਤੇ ਐਵੇਂ ਵਾਗਿਰੂ ਵਾਗਿਰੂ ਕਰੀ ਜਾਵੇ ਉਹ ਤੇ ਐਵੇਂ ਸਮਝੋ ਵੀ ਉਹ ਬੇਰਸਾ ਜਾਪ ਹੈ ਜਿਹੜਾ ਸ਼ਾਇਦ ਲੋਕਾਂ ਹੋਰ ਵਾਲ ਹੋਰਾਂ ਨੂੰ ਪਰੇਸ਼ਾਨੀ ਪੈਦਾ ਕਰਦਾ ਹੈ ਉਹਨਾਂ ਨੂੰ ਕੋਈ ਸਵਾਦ ਨਹੀਂ ਦਿੰਦਾ ਕੋਈ ਆਨੰਦ ਨਹੀਂ ਦਿੰਦਾ ਤੇ ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਵਿਸਮਾਦ ਹੈ ਅਸਾ ਦੀ ਵਾਰ ਵਿੱਚ ਕਿਹਾ ਵਿਸਮਾਦ ਨਾਦ समाद वेद विस्माद जी वो वेद जिसते बारे ये लिखे वेद कतेव इफ्तरा पाई दिल का फिक्र न जाए उस भी विस्माद किया यकीन नहीं है फेथ नहीं है परंतु क्या विस्माद है मेरा इस्लाम की रौ रीति उन्होंने दे, निकाह के दे, ढंग दे मेरा कोई विश्वास हो ना हो ਪਰੰਤੂ ਉਸ ਨੂੰ ਵੇਖ ਕੇ ਮੈਨੂੰ ਆਨੰਦ ਆਇਆ ਕਿ ਵਾਹ ਭਾਈ ਇੱਕ ਰੀਤੀ ਆ ਇੱਕ ਆਵੀ ਇੱਕ ਆਵੀ ਇੱਕ ਆਵੀ ਹੈ ਇਹ Hindu ਹੋਰ ਤਾਂ ਕਰ ਰਿਹਾ ਕਰਨਾ ਵਿਆਹ ਹੈ ਸਾਰਿਆਂ ਬੰਦਾ ਸੋਚੇ ਤੇ ਸਹੀ ਕਰਨਾ ਤੇ ਵਿਆਹ ਹੀ ਹੈ ਨਾ ਕੋਈ ਕਿਸੇ ਤਰੀਕੇ ਨਾਲ ਕਰ ਰਿਹਾ ਕੋਈ ਕਿਸੇ ਨਾਲ ਕੋਈ ਚਰਚ ਵਿੱਚ ਕਰ ਰਿਹਾ ਤੇ ਕੋਈ ਕਿਤੇ ਕਰ ਰਿਹਾ ਹੈ ਤੇ ਕਰਨਾ ਵਿਆਹ ਹੀ ਹੈ ਹੁਣ ਗ੍ਰਿਸ਼ਤੀ ਜੀਵਨ ਤੇ ਇੱਕੋ ਜਿਹੀ ਹੈ ਗ੍ਰਿਸ਼ਤਾ ਇੱਕੋ ਜਿਹੀ ਹੈ ਉਹੀ ਪਤੀ ਪਤਨੀ ਦੇ ਸਬੰਧ ਹੋ ਰਹੇ ਨੇ ਉਹੀ ਘਰ ਪਰਿਵਾਰ ਬਸਣਾ ਉਹੀ ਬੱਚੇ ਹੋਣੇ ਨੇ ਸੰਤਾਨ ਹੋਣੀ ਹੈ ਉਨਾ ਤੇ ਉਹ ਹੀ ਹੈ ਪਰ ਕਿੰਨੇ ਤਰੀਕੇ ਨਾਲ ਇੱਕ ਵਿਆਹ ਕਿਉਂ ਨਹੀਂ ਹੁੰਦਾ ਇੱਕ ਤਰੀਕੇ ਨਾਲ ਕਿਉਂ ਨਹੀਂ ਹੁੰਦਾ ਕਈ ਤਰੀਕਿਆਂ ਨਾਲ ਹੁੰਦਾ ਉਹ ਕਈ ਤਰੀਕਿਆਂ ਨੂੰ ਵੇਖ ਕੇ ਜਿਹੜਾ ਵਿਸਮਾਦ ਕੇ ਵਾਹਿਗੁਰੂ ਇਹਤਰੀ ਕੁਦਰਤ ਤੂੰ ਦਾ ਕਮਾਲ ਹੈ ਕਿਸੇ ਐਸੀ ਜਗ੍ਹਾ ਤੇ ਜਾਈਏ ਜਿੱਥੇ ਹੋਰ ਹੀ ਕੋਈ ਢੰਗ ਹੋਵੇ ਜਦੋਂ ਸੁਣ ਕੇ ਵੇਖ ਕੇ ਬੰਦਾ ਵਾ ਵਾ ਕਮਾਲ ਹੈ ਅਸੀਂ ਬਾਹਰ ਘੁੰਮਣ ਕਿਉਂ ਜਾਂਦੇ ਆ ਸੈਰ ਕਰਨੀ ਦੂਰ ਦੇਸ਼ਾਂ ਦੀ ਕਿਉਂ ਚੰਗੀ ਲੱਗਦੀ ਹੈ ਵੇਖਿਓ ਤੁਨੀ ਰੌਣਕ ਰਿਤਿਓ ਉਥੇ ਇਨਸਾਨ ਕਿਵੇਂ ਰਹਿੰਦਾ ਕਿ ਉਸ ਨੂੰ ਵੇਖ ਕੇ ਫਿਰ ਕਹਿੰਦੇ ਵਾਹ ਕਮਾਲ ਐ ਤਾਂ ਉਥੇ ਦੇ ਪਹਾੜ ਕਿਵੇਂ ਦੇ ਨੇ ਉਥੇ ਨਦੀਆਂ ਨਾਲੇ ਕਿਵੇਂ ਦੇ ਨੇ ਇਹ ਅਨੰਤਤਾ ਵੇਖ ਕੇ ਵਿਸਮਾਦ ਬੰਤੇ ਤੇ ਮਨ ਵਿੱਚ ਪੈਦਾ ਹੁੰਦਾ ਹੈ ਸਾਡਾ ਕਿਉਂਕਿ ਬਾਹਰ ਲੀਆਂ-ਬਾਲੀਆਂ ਚੀਜ਼ਾਂ ਛੋਟੀਆਂ-ਮੋਟੀਆਂ ਦੇਖੇ ਆ ਆਨੰਦ ਆਇਆ ਤੇ ਉਹ ਦੌੜ ਗਿਆ ਪਰੰਤੂ ਜਦੋਂ ਬੰਦਾ ਸੋਹਿਰਤਾ ਨਾਲ ਹਰ ਚੀਜ਼ ਦੀ ਵਿਭਿੰਨਤਾ ਨੂੰ ਵੇਖ ਕੇ ਜਦੋਂ ਬੰਦੇ ਨੂੰ ਆਨੰਦ ਆਉਂਦਾ ਹੈ ਤਾਂ ਵਿਸਮਾਰ ਪੈਦਾ ਹੁੰਦਾ ਹੈ ਉਹ ਰੀਤੀ ਮੈਂ ਧਾਰਨ ਕਰਦਾ ਹਾਂ ਜਾਂ ਨਹੀਂ ਇਹ ਕੋਈ ਪ੍ਰੋਬਲਮ ਨਹੀਂ ਉਹ ਜੇ ਮੇਰੇ ਹੀ ਮੇਰੀਓ ਰੀਤੀ ਹੁੰਦੀ ਫਿਰ ਤਾਂ ਡਿਫਰੈਂਟ ਹੁੰਦੀ ਉਹ ਇਹਨਾਂ ਨੂੰ ਵੇਖ ਕੇ ਵੀ ਸਮਾਧ ਕਿੱਥੋਂ ਆਉਣਾ ਸੀ ਉਸ ਨੂੰ ਵੇਖ ਕੇ ਵੀ ਸਮਾਧ ਕਿੱਥੋਂ ਆਉਣਾ ਸੀ ਔਰੰਗਜ਼ੇਬ ਤੇ ਗੁਰੂ ਤੇਗ ਬਹਾਦਰ ਵਿੱਚ ਇਹ ਹੀ ਅੰਤਰ ਹੈ ਉਸ ਨੂੰ ਹਿੰਦੂ ਨੂੰ ਵੇਖ ਕੇ ਖੁਸ਼ੀ ਨਹੀਂ ਹੋ ਰਹੀ ਉਹ ਕਹਿੰਦਾ ਸਭ ਇੱਕ ਜੈ ਹੋਣੇ ਚਾਹੀਦਾ ਹੈ ਗੁਰੂ ਤੇਗ ਬਹਾਦਰ ਕੀ ਕਹਿੰਦੇ ਨੇ ਉਹ ਕਹਿੰਦੇ ਤੇ ਵੈਰਾਈਟੀ ਹੈ ਇਹ ਤੇ ਵੈਰਾਈਟੀ ਹੈ ਇਹ ਤਾਂ ਪਰਮੇਸ਼ਰ ਨੇ ਭਾਂਤ ਬੰਦੇ ਫੁੱਲ ਪੈਦਾ ਕੀਤੇ ਨੇ ਤੂੰ ਅਗਰ ਦੋ ਤੋਂ ਪਰੇਸ਼ਾਨ ਹੈ ਤੇ ਮੈਂ ਇੱਕ ਤੀਜਾ ਹੋਰ ਅਸੀਂ ਤੇ ਤੀਜਾ ਹੋਰ ਬਣਾ ਰਿਹਾ ਹਾਂ ਹਾਂ ਉਹ ਕਹਿੰਦੇ ਤੂੰ ਦੋ ਤੋਂ ਇੱਕ ਕਰਨਾ ਚਾਹੁੰਦੇ ਅਸੀਂ ਦੋ ਤੋਂ ਤਿੰਨ ਕਰਨਾ ਚਾਹੁੰਦੇ ਕਿਉਂ ਕਿਉਂਕਿ ਇਹ ਤੇ ਕਾਦਰ ਹੈ ਉਸਨੇ ਇੱਕ ਜੈਸੀਆਂ ਚੀਜ਼ਾਂ ਨਹੀਂ ਬਣਾਈ ਉਸ ਨੇ ਉਂਗਲੀਆਂ ਵੀ ਇੱਕ ਸਮਾਨ ਨਹੀਂ ਬਣਾਈਆਂ ਵੱਡੀ ਛੋਟੀ ਕਿਸ ਤਰੀਕੇ ਉਸ ਨੇ ਇੱਕ ਜੈਸੀ ਨੈਣ ਨਕਸ਼ ਨਹੀਂ ਬਣਾਏ ਉਸ ਨੇ ਇੱਕ ਜੈਸਾ ਕਿਸੇ ਦਾ ਬੋਲ ਬਾਣੀ ਨਹੀਂ ਬਣਾਇਆ ਕਿਉਂ ਇਸ ਕਾਰਨ ਕਿ ਬੋਰ ਨਾ ਹੋ ਜਾਈਏ ਇੱਕੋ ਜੀਆਂ ਸੂਰਤਾਂ ਹੋਣ ਕੋਈ ਪਛਾਣਨਾ ਹੀ ਔਖਾ ਹੋ ਜਾਏ ਕੋਈ ਪਛਾਣੀ ਨਹੀਂ ਸਕਾਂਗੇ ਸਵਾਦ ਕਿੱਥੋਂ ਆਏਗਾ ਜੀਵਨ ਦਾ ਜੀਵਨ ਵਿੱਚ ਸਵਾਦ ਇਸ ਕਾਰਨ ਹੈ ਕਿ ਇੱਥੇ ਵਿਭਿੰਨਤਾ ਹੈ ਤੇ ਉਸ ਵਿਪਿੰਤਾ ਨੂੰ ਵੇਖ ਕੇ ਜਿਸ ਨੂੰ ਆਨੰਦ ਆਉਂਦਾ ਉਹ ਵਿਸਮਾਦ ਵਿੱਚ ਹੈ ਜਿਸ ਨੂੰ ਉਹ ਵਿਪਿੰਤਾ ਵੇਖ ਕੇ ਪਰੇਸ਼ਾਨੀ ਹੁੰਦੀ ਹੈ ਉਸ ਨੂੰ ਵਿਸਮਾਦ ਨਹੀਂ ਕਦੇ ਪ੍ਰਾਪਤ ਹੋ ਸਕਦਾ ਨਾ ਸ਼ਬਦ ਦਾ ਨਾ ਧਰਮ ਦਾ ਕਿਸੇ ਚੀਜ਼ ਦਾ ਨਾ ਕੀਰਤਨ ਦਾ ਨਾ ਕਥਾ ਦਾ ਉਹਨੂੰ ਵਿਸਮਾਦ ਨਹੀਂ ਆ ਸਕਦਾ ਵਿਸਮਾਦ ਨਾਦ ਵਿਸਮਾਦ ਵੇਧ ਵਿਸਮਾਦ ਜੀਵ ਵਿਸਮਾਦ ਭੇਦ ਉਹਨਾਂ ਦੇ ਪ੍ਰਕਾਰ ਜੀਵਾਂ ਦੇ ਉਹ ਵੇਖ ਕੇ ਆਨੰਦ ਹੁੰਦਾ ਕਿ ਵਾਹ ਵਾਹ ਇਹ ਪਰਮੇਸ਼ਰ ਕਿਆ-ਕਿਆ ਤੂੰ ਕੁਦਰਤ ਸਾਜੀ ਹੈ ਵਿਸਮਾਦ ਦੀ ਵਿਸਮਾਦ ਪੇਦ ਵਿਸਮਾਦ ਰੂਪ ਵਿਸਮਾਦ ਰੰਗ ਸਾਨੂੰ ਕਿਤੇ ਕਾਲਾ ਫੰਦਾ ਵੇਖ ਲਈ ਐਵੇਂ ਨੱਕ ਜਸ ਕੋੜ ਦੀਆਂ ਦਾ ਰੰਗ ਕਾਲਾ ਹੈ ਇਹ ਨਹੀਂ ਵੇਖਤੇ ਕਿ ਰੂਪ ਹੈ ਗੋਰੀ ਗੋਰੇ ਚਿਹਰੇ ਵਿੱਚੋਂ ਜਿਹੜੀ ਸੁੰਦਰਤਾ ਦੇਸਰੀ ਉਹ ਤੇ ਇਹਦੇ ਕਾਰਨ ਹੈ ਅਸਲ ਬਿਊਟੀ ਤੇ ਇਹਦੀ ਉੱਥੇ ਪ੍ਰਤੱਖ ਹੋਈ ਹੈ ਬਿਊਟੀ ਤੇ ਇਸ ਨੇ ਦਿੱਤੀ ਹੈ यो सानू तो ब्यूटी लग नहीं रही विस्माद रूप विस्माद रंग विस्माद नांगे फिरे जंत विस्माद पौन विस्माद पानी विस्माद अग्नि खेडे विडानी अग्नि विनाश कर रही है परंतु वो विनाश लीला करद हो भी वो दी शक्ति हैरानी जनक है वो दे विच वो कुदरत वो कादर करवा रहा है उसको सो ये ਵਿਸਮਾਦ ਹੈ ਜਿਹੜਾ ਸ਼ਬਦ ਪ੍ਰਦਾਨ ਕਰਦਾ ਹੈ ਸ਼ਬਦ ਮਨੁੱਖ ਨੂੰ ਬ੍ਰਹਮ ਦਾ ਗਿਆਨ ਹੀ ਨਹੀਂ ਦਿੰਦਾ ਬਲਕਿ ਬ੍ਰਹਮ ਦੀ ਜਿਹੜੀ ਕੁਦਰਤ ਵਿੱਚ ਉਸਨੇ ਆਪਣੇ ਰੂਪ ਬਣਾਏ ਨੇ ਉਹਨਾਂ ਦਾ ਬੋਧ ਵੀ ਕਰਵਾਉਂਦਾ ਹੈ ਬ੍ਰਹਮ ਦੇ ਦਰਸ਼ਨ ਕੁਦਰਤ ਵਿੱਚੋਂ ਕਰਵਾਉਣ ਵਾਲਾ ਸ਼ਬਦ ਹੈ ਖਾਸ ਕਰਕੇ ਗੁਰਬਾਣੀ ਦਾ ਸ਼ਰਧ ਵਿੱਚ ਸਾਰੇ ਹੀ ਮੈਂ ਦੇਖਿਆ ਹੈ ਜੇ ਅਸੀਂ ਵੇਦ ਚੁੱਕਾਂਗੇ ਤਾਂ ਕੁਦਰਤ ਦਾ ਵਿਸਮਾ ਦੇ ਰਿਹਾ ਰਿਗਵੇਦ ਵਿੱਚ ਜੇ ਅਸੀਂ ਕੁਰਾਨ ਸ਼ਰੀਫ ਚੁੱਕਾਂਗੇ ਉਹਦੇ ਵਿੱਚ ਵੀ ਜਿਹੜੀ ਬਿਊਟੀ ਅੱਲਾਹ ਦੀ ਹੈ ਅੱਲਾਹ ਦਾ ਨੂਰ ਉਹ ਚਾਰੇ ਪਾਸੇ ਬਸਰਿਆ ਹੋਇਆ ਕੁਦਰਤ ਵਿੱਚ ਪਸਰਿਆ ਹੋਇਆ ਇਥੋਂ ਦਰਸ਼ਨ ਕਰਦੇ ਜੇ ਅਸੀਂ ਬਾਈਬਲ ਵੇਖਦੇ ਹਾਂ ਤਾਂ ਕੁਝ ਸਵਰਗ ਲੋਕ ਦੀਆਂ ਬਾਤਾਂ ਥੋੜੀਆਂ ਨੇ ਉਹ ਥੋੜੀ ਜੀ ਗੱਲ ਐ ਇਹ ਸਵਰਗ ਵਿੱਚ ਬੰਦਾ ਰੱਖਿਆ ਆਦਮ ਤੇ ਈਵ ਨੂੰ ਰੱਖਿਆ ਪਰ ਫਿਰ ਇਸ ਧਰਤੀ ਤੇ ਭੇਜ ਦਿੱਤਾ ਬਾਈਬਲ ਦੇ ਸ਼ੁਰੂ ਵਿੱਚ ਜਿਹੜੀ ਪਹਿਲੀ ਪੁਥੀ ਹੈ 올ਡ ਟੈਸਟਾਮੈਂਟ ਦੇ ਦੋ ਭਾਗ ਹਨ ਜਿਹੜੇ ਧਰਮ ਪੜਿਆ ਉਹਨਾਂ ਨੂੰ ਪਤਾ ਹੈ ਦੋ ਭਾਗ ਇਲਾ ਭਾਗ ਜਿਸ ਨੂੰ 올ਡ ਟੈਸਟਾਮੈਂਟ ਕਹਿੰਦੇ ਆ ਜੋ ਯਹੂਦੀਆਂ ਦੀਆਂ ਪੋਥੀਆਂ ਨੇ ਦੂਜਾ ਭਾਗ ਜਿਹੜੀਆਂ ਈਸਾਈਆਂ ਦੀਆਂ ਪੋਥੀਆਂ ਨੇ ਉਹਦੇ ਤੇ ਯਹੂਦੀ ਯਕੀਨ ਨਹੀਂ ਕਰਦੇ ਪਰੰਤੂ ਜਿਹੜੇ ਈਸਾਈ ਨੇ ਉਹ ਯਹੂਦੀਆਂ ਦੀਆਂ ਉਥੀਆਂ ਤੇ ਯਕੀਨ ਕਰਦੇ ਨੇ ਉਹਨੂੰ ਬਾਈਬਲ ਦਾ ਪਾਰਟ ਮੰਨਦੇ ਨੇ ਤੋ ਪਹਿਲੀ ਪੋਥੀ ਜੀਨੈਸਿਸ ਹੈ ਸੰਸਾਰ ਬਣਿਆ ਕਿਵੇਂ ਉਤਪਤੀ ਕਿਵੇਂ के परमेश्वर ने एक दिन धरती बनाई एक दिन चंद्रमा बनाया एक दिन सूरज बनाया तारे बनाए आकाश बनाया फिर वेखिया भाई चंगा है लिखा बड़ा सोहना बने बड़ा चंगा बने जो बाढ़ देखो राती रुती छी वार पवन पानी ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਿਆ ਕੁਦਰਤ ਬਣਾਈ ਐ ਦੁਆਲੇ ਦੁਆਲੇ ਰਾਤਾਂ ਰੁੱਤਾਂ ਬਣਾਈਆਂ ਨੇ ਇੱਕੋ ਜੀ ਰੁੱਤ ਹੋਵੇ। ਇਹ ਜੀਵਨ ਦੇ ਵਿੱਚ ਸਵਾਰਜਿਆ ਨਹੀਂ ਆਉਂਦਾ। ਕਦੇ ਸਰਦੀ ਆਈ ਰਜਾਈ ਦਾ ਅਨੰਦ, ਕਦੇ ਗਰਮੀ ਆਈ ਏਸੀ ਦਾ ਅਨੰਦ। ਰੁੱਤਾਂ ਬਣਾਈਆਂ ਨੇ ਉਸਨੇ। ਰਾਤਾਂ ਤੇ ਦਿਨ ਬਣਾਏ ਨੇ ਜੇ ਕੱਲ੍ਹ ਹੀ ਦਿਨ ਹੋਵੇ ਤੇ ਸਾਰਾ ਦਿਨ ਕਿਸੇ ਬੋਰ ਹੋ ਜਾਈਏ ਸੋਣਾ ਔਖਾ ਹੋ ਜਾਏ। तो परमेश्वर ने कुदरत कि बनाया सत सुहान सदा मन चाओ तीन चीजा सत स्वरूप है एच खूबसूरती है सुंदरता है डिवाइन खूबसूरती है दैवी सुंदरता है और विकास है सदा मन चाओ उत्साह है ਲਾਈਫ ਤੇ ਲਈ ਉਤਸ਼ਾਹ ਹੈ ਉਤਸ਼ਾਹ ਹੈ ਔਰ ਹਰ ਪ੍ਰਕਾਰ ਦੀ ਲਾਈਫ ਵਿੱਚ ਉਤਸ਼ਾਹ ਹੈ ਇਹ ਇੱਕ ਕਮਾਲ ਦੀ ਗੱਲ ਹੈ ਆਪਾਂ ਦੇਖੀ ਹੈ ਨਾ ਅਸੀਂ ਕਹਿੰਦੇ ਆ ਮਨੁੱਖ ਚੰਗਾ ਹੈ ਕੁੱਤਾ ਥੋੜਾ ਸੋਚਦਾ ਹੈ ਮਨੁੱਖ ਚੰਗਾ ਹੈ ਉਹ ਕਹਿੰਦੇ ਮੈਂ ਚੰਗਾ ਹਾਂ ਇਸ ਕਰਕੇ ਨਹੀਂ ਕਿ ਉਹ ਭੌਂਕਦਾ ਹੈ ਇਸ ਕਾਰਨ ਕਿ ਜੇ ਉਹ ਉਹਦੇ ਵਿੱਚ ਕਿਤੇ ਇਹ ਆ ਜਾਵੇ ਕਿ ਮੇਰੀ ਜੋਨੀ ਅੱਛੀ ਨਹੀਂ ਤੇ ਉਹ ਸਰਵਾਈਵ ਨਹੀਂ ਕਰਦਾ ਜੀਉਣਾ ਚਾਹੁੰਦਾ ਹੈ ਉਸ ਨੂੰ ਮਰਨ ਦਾ ਉਨਾ ਹੀ ਪੇਨ ਹੈ ਜਿੰਨਾ ਮਨੁੱਖ ਨੂੰ ਹੈ ਮਨੁੱਖ ਨੂੰ ਕਿਉਂ ਪੇਨ ਹੈ ਕਿਉਂਕਿ ਉਸ ਨੂੰ ਆਪਣੀ ਸਪੀਸੀ ਅੱਛੀ ਲੱਗਦੀ ਹੈ ਔਰ ਕੁੱਤੇ ਨੂੰ ਮਰਨ ਤੋਂ ਕਿਉਂ ਪੇਨ ਹੈ ਕਿਉਂਕਿ ਉਸ ਨੂੰ ਆਪਣੀ ਜਾਨੀ ਅੱਛੀ ਲੱਗਦੀ ਹੈ ਸਾਨੂੰ ਲੱਗਦਾ ਹੈ ਵੀ ਸਾਡੇ ਕੋਲ ਸੁੱਖ ਸਾਧਨ ਇਹਨਾਂ ਕੋਲ ਕੁਝ ਹੈ ਹੀ ਨਹੀਂ ਪਰ ਤੂੰ ਉਹਦੇ ਕੋਲ ਕੁਝ ਨਹੀਂ ਉਹਦੇ ਕੋਲ ਮੋਟਰ ਕੋਈ ਨਹੀਂ ਗੱਡੀ ਕੋਈ ਨਹੀਂ ਉਹ ਵਿਚਾਰਾ ਭੌਂਕਦਾ ਜਰੂਰ ਹੈ ਵੀ ਸਾਡੇ ਇੰਨੇ ਬੰਦੇ ਮਾਰਦੇ ਤੁਸੀਂ ਸਾਡੀਆਂ ਮੋਟਰ ਗੱਡੀਆਂ ਨੇ ਇਸ ਕਰਕੇ ਜਦੋਂ ਲੰਘਦੀਆਂ ਨਾ ਭੌਂਕਦਾ ਹੈ ਫਿਰ ਵੀ ਨਿਕਲ ਬਾਹਰ ਦੇਖਾਂ ਤੇਰੇ ਹੈ ਨਾ ਮੈਨੂੰ ਐਂ ਹੀ ਲੱਗਦਾ ਹੁੰਦਾ ਇੱਕਦਮ ਬੜੀ ਤੇਜ਼ ਗੱਡੀ ਤੇ ਆ ਰਿਹਾ ਸੀ ਤੋ ਕੁੱਤਾ ਇੱਕ ਟਕਰਾ ਗਿਆ ਪੱਕਰ ਲੱਗੀ ਉੱਥੇ ਡਿੱਗਿਆ ਮੈਂ ਸੋਚਿਆ ਮਰ ਗਿਆ ਹੁਣ ਵਿਚਾਰਾ ਪਰ ਨਹੀਂ ਉਹ ਤੇ ਉੱਠ ਕੇ ਖੜਾ ਹੋ ਗਿਆ ਤੂੰ ਪੰਜ ਸੱਤ ਕੁੱਤੇ ਕੋਲ ਆ ਗਏ ਫਟਾਫਟ ਦੌੜ ਕੇ ਆ ਗਏ ਮੈਂ ਥੋੜਾ ਦੇਖਣ ਲੱਗਾ ਬੰਪਰ ਡੈਮੇਜ ਤੇ ਨਹੀਂ ਹੋਇਆ ਉਹ ਪੰਜ ਸੱਤ ਕੁੱਤੇ ਉਹਦੇ ਕੋਲ ਆ ਕੇ ਹਾਲ ਚਿਰ ਪੁੱਛਣ ਲੱਗੇ ਫਰਾਸਟ ਤਾਂ ਨਹੀਂ ਲੱਗੀ ਮੈਂ ਕਿਹਾ ਕੋਈ ਵਿੱਚ ਉਹ ਵੀ ਕਹਿੰਦਾ ਹੋਣਾ ਗੱਡੀ ਦਾ ਨੰਬਰ ਨੋਟ ਕਰ ਲਓ ਥਾਣੇ ਰਿਪੋਰਟ ਕਰਨਿਆ ਹਰ ਚੀਜ਼ ਆਪਣੇ ਆਪ ਨੂੰ ਉਤਨਾ ਕੀਮਤੀ ਜਾਣਦੀ ਹੈ ਜਿੰਨਾ ਇੱਕ ਮਨੁੱਖ ਤੇ ਇੱਕ ਅਮੀਰ ਮਨੁੱਖ ਆਪਣੇ ਆਪ ਨੂੰ ਭਾਗਸ਼ਾਲੀ ਜਾਣਦਾ गरीब जीन की उतनी ही खाश है जितनी अमीर विच है बल्कि अमीर सुसाइड छेती कर क्यों क्योंकि परमेश्वर ने उत्साह भरया वो उत्साह टुटता नहीं है वह झुग्गी नहीं टुटता झुग्गी भी सिर पर ना हो नहीं टुटता उत्साह ये सदा मन चाहो ਹਰ ਚੀਜ਼ ਦੀ ਪ੍ਰਵਿਰਤੀ ਹੋਣੀ ਕਿ ਮੈਂ ਜੀਣਾ ਹੈ ਮੈਂ ਰਹਿਣਾ ਹੈ ਇਹ ਕੁਦਰਤ ਵਿੱਚ ਪਰਮੇਸ਼ਰ ਨੇ ਪਾਇਆ ਹੋਇਆ ਹੈ ਇਹਨਾਂ ਨੂੰ ਜਦੋਂ ਬੰਦਾ ਧਿਆਨ ਨਾਲ ਦੇਖੇਗਾ ਅਜੀ ਅਸੀਂ ਕੀ ਸੋਚਦੇ ਹਾਂ ਅਸੀਂ ਚੰਗੇ ਆ ਬਾਣੀ ਵੀ ਸਾਨੂੰ ਕਹਿੰਦੀ ਏ ਤੂੰ ਚੰਗਾ ਹੈ ਬਾਣੀ ਭੇਦ ਭਾਵ ਨਹੀਂ ਕਰਦੀ ਲਾਇਸ਼ ਬਾਣੀ ਤਾਂ ਕਹ ਰਹੀ ਏ ਕਿ ਤੈਨੂੰ ਜੋ ਸੁੱਖ ਦੇ ਸਾਧਨ ਮਿਲੇ ਹੋਏ ਨੇ ਇਤਨੇ ਤੂੰ ਆਪਣੇ ਆਪ ਨੂੰ ਚੰਗਾ ਜਾਣਦਾ ਹੈ ਇਹ ਫਿਰ ਤੈਨੂੰ ਦੂਜਿਆਂ ਨਾਲੋਂ ਚੰਗੇ ਵੀ ਬਣਨਾ ਚਾਹੀਦਾ ਨਾ ਤੇਰੇ ਚ ਪਸ਼ੂਆਂ ਵਾਲੀਆਂ ਪ੍ਰਵਿਰਤੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਤੂੰ ਪਸ਼ੂ ਨਹੀਂ ਹੈ ਪਸ਼ੂ ਖਰਾਬ ਨਹੀਂ ਹੈ ਉਹ ਤੇ ਕਹਤਾ ਜੋ ਚਾਤਰਿਕ ਮੇਨ ਪੰਖੇਰੂ ਚਾਹਤ ਬਿਨ ਹਰੀ ਬੋਲਤ ਹੈ ਨਹੀਂ ਹੋ ਸਾਰੇ ਰੱਬ ਦਾ ਨਾਮ ਜਪ ਰਹੇ ਨੇ ਉਹ ਜੀ ਬੰਦੇ ਨੂੰ ਕਿਹਾ ਕਿ ਇਹ ਵੀ ਕਿਹਾ ਬੰਦੇ ਨੂੰ ਇਹ ਰੱਬ ਦਾ ਨਾਮ ਨਹੀਂ ਜਪ ਸਕਦੇ ਤੂੰ ਜਪ ਸਕਦਾ ਹੈ ਤੇ ਉਹ ਸੰਗਤ ਕਰ ਸਕਦਾ ਹੈ ਪਰ ਜਿਹੜੀ ਹੋਰ ਗੰਭੀਰ ਦ੍ਰਿਸ਼ਟੀ ਹੈ ਉਹਦੇ ਵਿੱਚ ਇਹ ਕਿਹਾ ਹੈ ਕਿ ਨਹੀਂ ਇਹ ਸਾਰੇ ਰੱਬ ਦਾ ਨਾਮ ਜਪ ਰਹੇ ਨੇ ਔਰ ਇਹ ਜੀਵ ਰੱਬ ਦਾ ਨਾਮ ਨਹੀਂ ਜਪ ਰਹੇ ਅਜੀਬ ਵੀ ਜਪ ਰਿਆ ਹੈ ਜਿਸ ਵਿੱਚ ਜਿਸ ਨੂੰ ਤੂੰ ਕਹਿੰਦਾ ਲਾਈਫ ਇਹਦੇ ਵਿੱਚ ਨਹੀਂ ਹੈ ਉਹ ਵੀ ਜਪ ਰਿਆ ਹੈ ਹਰ ਹਟ ਵੀ ਤੂੰ ਤੂੰ ਕਰੇ ਭੋਲੇ ਭਲੀ ਪਾਣੀ ਵਿਸਮਾਦ ਦੇਖੋ ਸ਼ਬਦ ਦਾ ਵਿਸਮਾਦ ਕਿੱਥੇ ਹੈ ਕਹਿੰਦੇ ਵੇਖ ਟਕ 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 ਕਰਦਾ ਇਹ ਹਰਟ ਦਾ ਜਿਹੜਾ ਇੱਕ ਪਹਿਲਾਂ ਖੂਹ ਚੱਲਦਾ ਹੁੰਦਾ ਸੀ ਇਲਾਕੂ ਦੇ ਸੰ ਪਸ਼ੂ ਜੋੜੀ ਦੇ ਸੰ ਅੱਗੇ ਉਹ ਚੱਕਰ ਲਗਾ ਲਗਾ ਕੇ ਤੇ ਉਹ ਫਿਰ ਨਾ ਬੈਕ ਨਹੀਂ ਆਏ ਕਿਉਂਕਿ ਹੁਣ ਇੱਕ ਪਾਸੇ ਪਾਣੀ ਜਿੱਥੋਂ ਟਿੰਡਾਂ ਲਿਆ ਰੀਆਂ ਨੇ ਉਧਰ ਵਜਨ ਜ਼ਿਆਦਾ ਹੈ ਦੂਜੇ ਪਾਸੇ ਖਾਲੀ ਹੋ ਕੇ ਜਾ ਰਹੀ ਨੇ ਉਧਰ ਵਜਨ ਨਹੀਂ ਹੈ ਤੇ ਜੇ ਉਹਨੂੰ ਪਿੱਛੇ ਰੋਕਣ ਦੇ ਲਈ ਕੋਈ ਚੀਜ਼ ਨਾ ਹੋਵੇ ਤਾਂ ਉਹ ਪਿੱਛੇ ਨੂੰ ਵਾਪਸ ਚਲੀ ਜਾਏਗੀ ਗਾਦੀ ਜਿਹੜੀ ਉਹ ਗੇੜਨ ਵਾਲੀ ਚੀਜ਼ ਉਹ ਫਿਰ ਪਿੱਛੇ ਰੋਕਣ ਵਾਸਤੇ ਇੱਕ ਲੀਵਰ ਲਾਇਆ ਹੁੰਦਾ ਸੀ ਜਦੋਂ ਫਿਰ ਉਹ ਅੱਗੇ ਜਦੋਂ ਚੱਲਣਾ ਹੈ ਤਾਂ ਉਸਨੇ ਇੱਕ ਤੋਂ ਦੂਜੇ ਇਸ ਤਰ੍ਹਾਂ ਟੱਕ 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 ਦੀ ਆਵਾਜ਼ ਆਉਣੀ। ਗੁਰੂ ਜੀ ਕਹਿੰਦੇ ਕਿ ਦੇਖੋ ਇਹ ਰੱਬ ਦਾ ਨਾਮ ਜਪ ਰਿਹਾ। ਉਹਨਾਂ ਨੂੰ ਉਸਤੇ ਵਿੱਚ ਉਹੋ ਜਿਹਾ ਮਿੱਠਾ ਸੰਗੀਤ ਸੁਣਾਈ ਦਿੱਤਾ ਜਿਹੜਾ ਕਦੀ ਅਸੀਂ ਜਾ ਕੇ ਵੱਡੇ ਵੱਡੇ ਉਸਤਾਦਾਂ ਦੇ ਗਾਇਨ ਤੇ ਵਾਦਨ ਸਰਵਣ ਕਰਨੇ ਹਾਂ ਜਿਹੋ ਜਿਹਾ ਉਹ ਸੰਗੀਤ ਹੈ ਉਸ ਤੋਂ ਵੀ ਉੱਤਮ ਕਿਸਮ ਦਾ ਸ਼੍ਰੇਸ਼ਟ ਸੰਗੀਤ ਗੁਰੂ ਜੀ ਨੇ ਕਿਹਾ ਕਿ ਇਹ ਗਾਇਨ ਕਰ ਰਿਹਾ ਹੈ ਔਰ ਇਹ ਰੱਬ ਦਾ ਨਾਮ ਜਪ ਰਿਹਾ ਹੈ ਔਰ ਬੜੀ ਮਿੱਠੀ ਇਹਦੀ ਆਵਾਜ਼ ਹੈ ਸਾਨੂੰ ਲੱਗੇਗਾ ਇਹਦੀ ਆਵਾਜ਼ ਟਕ ਟਕ ਦੀ ਆਵਾਜ਼ ਕਿ ਆ ਪਰੇਸ਼ਾਨੀ ਵਾਲੀ ਗੱਲ ਗੁਰੂ ਜੀ ਕਹਿੰਦੇ ਕਿ ਨਹੀਂ ਇਸ ਤੇ ਵਿੱਚ ਵੀ ਇੱਕ ਨਾਦ ਹੈ ਇਸ ਵਿੱਚ ਵੀ ਰੱਬ ਦਾ ਨਾਮ ਹੈ ਔਰ ਇਹ ਵੀ ਨਾਮ ਵਿੱਚ ਲੀਨ ਹੋਇਆ ਹੈ ਜਿਹੜੀ ਚੀਜ਼ ਬੋਲ ਨਹੀਂ ਸਕਦੀ ਜਿਹੜੀ ਚੀਜ਼ ਨੂੰ ਅਸੀਂ ਲਾਈਫਲੈਸ ਕਹਿੰਦੇ ਹਾਂ ਗੁਰੂ ਜੀ ਕਹਿੰਦੇ ਨਾ ਇਹ ਵੀ ਇੱਕ ਲਾਈਫ ਹੈ ਇਹਦੇ ਵਿੱਚ ਵੀ ਲਾਈਫ ਹੈ ਇਹ ਅਜੀਵ ਨਹੀਂ ਹੈ ਜੀਵ ਹੈ ਇਹ ਤੇ ਸਾਨੂੰ ਦਿੱਸਦਾ ਨਾ ਵੀ ਇਹਦੇ ਚ ਜੀਵਨ ਨਹੀਂ ਹੈ ਕਹਿੰਦੇ ਜੀਵਨ ਨਹੀਂ ਹੈ ਅਸੀਂ ਕਹਿੰਦੇ ਆ ਤੇ ਜੀਵਨ ਨਹੀਂ ਹੈ ਨਾ ਇਹਦੇ ਜੀਵਨ ਹੈ ਕਿਉਂ ਕਹਿੰਦੇ ਆ ਕਿ ਇਹਦੀ ਲਾਈਫ 5 ਸਾਲ ਹੋਏਗੀ 2 ਸਾਲ ਹੋਏਗੀ 3 ਸਾਲ ਹੋਏਗੀ ਕਿਉਂਕਿ ਇਸ ਵਿੱਚ ਲਾਈਫ ਹੈ ਜਿਹੜੀ ਮੇਰੀਆਂ ਖਾਣੀਆਂ ਦੇਖ ਸਕਤੀਆਂ ਉਹ ਲਾਈਫ ਇਸ ਕਰਕੇ ਇਹ ਜਿਹੜੀ ਧਰਤੀ ਹੈ ਇਹ ਜਿਹੜੇ ਜਿਹੜੇ ਗ੍ਰਹਿ ਜਿਨ੍ਹਾਂ ਦੇ ਉੱਤੇ ਅਸੀਂ ਸੋਚਦੇ ਜਿੱਥੇ ਲਾਈਫ ਹੀ ਕੋ ਨਹੀਂ ਪਹਿਲੀ ਗੱਲ ਤੇ ਲਾਈਫ ਕਿਉਂ ਨਹੀਂ ਉਸ ਗ੍ਰਹਿ ਦੀ ਲਾਈਫ ਹੈ ਆਪਣੀ ਲਾਈਫ ਹੈ ਉਹ ਵਿਵਸਥਿਤ ਟੰਗ ਨਾਲ ਬਿਤਾ ਰਿਆ ਹੈ ਲਾਈਫ ਚੰ드ਰਾ ਜਿਹੜਾ ਹੈ ਉਹ ਆਪਣੀ ਜਗ੍ਹਾ ਤੇ ਸਥਿਤ ਹੋ ਕੇ ਉਹਦੇ ਵਿੱਚ ਚੇਤਨਾ ਹੈ ਮੈਂ ਇੱਥੇ ਰਹਿਣਾ ਹੈ ਐਸ ਰੂਟ ਤੇ ਚੱਲਣਾ ਹੈ ਇੰਨੇ ਦਿਨਾਂ ਬਾਅਦ ਫਿਰ ਵਾਪਸ ਪ੍ਰਗਟ ਹੋਣਾ ਹੈ ਕਦੇ ਪੂਰਨਮਾਸ਼ੀ ਆਉਣੀ ਕਦੇ ਕਦੇ ਉਹ ਨਿਯਮ ਤੋਂ ਇੱਧਰ ਉੱਧਰ ਹੁੰਦੇ ਹੈ जो नियम तो इधर उधर नहीं होंगे तो नियम पालन की उस चेतना है जी मैन नहीं दिसती मैं ऐवी कही जाना लाइफ ही कोई नहीं ग्रह अपने आप में ही लाइफ है सो परमेर की कुदरत जदों शब्द द्वारा बनता इस तरीके देखता उसमाद पैदा ये विस्माद दिता कौन है ये विस्माद देगा शब्द किब्द ਜਿਹੜਾ ਪਰਮੇਸ਼ਰ ਦਾ ਸ਼ਰਧਾ ਹੈ ਜਿਹੜਾ ਤੁਹਾਡੇ ਤੇ ਮੇਰੇ ਸੰਪਰਕ ਵਿੱਚ ਸਿਰਫ ਧਰਮ ਗ੍ਰੰਥ ਆ ਰਹੇ ਹੁੰਦਾ ਹੈ ਜਿਹੜੀ ਬਾਈਬਲ ਦੀ ਜਿਹੜੀ ਤורהਤ ਭਾਗ ਹੈ ਨਾ ਤੋਰਾ ਤੋਰਾ ਨੂੰ ਅਸੀਂ ਤורהਤ ਕਹਿੰਦੇ ਹਾਂ ਅਸੀਂ ਕਹਿੰਦੇ ਆ ਵੇਦਤਿਕ ਤੇ ਦੋ ਟ੍ਰੈਡੀਸ਼ਨ ਹਨ ਵੈਦਿਕ ਟ੍ਰੈਡੀਸ਼ਨ ਕਤਿਬਾਂ ਦੀ ਟਰੇਡੀਸ਼ਨ ਕਤਿਬਾਂ ਵਿੱਚ ਕਿਹੜੀ ਚੀਜ਼ ਹੈ ਤੌਰੇਤ ਹੈ ਉਹਦੇ ਵਿੱਚ ਜਬੂਰਾਆਂ ਦੀਆਂ ਪੁਥੀਆਂ ਨੇ ਉਹਦੇ ਵਿੱਚ ਅੰਜੀਲ ਹੈ ਇੰਜੀਲ ਗੋਸਪਲਸ ਚਾਰ ਗੋਸਪਲਸ ਹਨ ਨਿਊ ਟੈਸਟਾਮੈਂਟ ਵਿੱਚ ਔਰ ਉਸ ਵਿੱਚ ਕੁਰਾਨ ਹੈ ਇਹ ਚਾਰ ਗ੍ਰੰਥ ਜਿਹੜੇ ਨੇ ਇਹਨਾਂ ਨੂੰ ਅਸੀਂ ਕਤਿਬ ਕਹਿੰਦੇ ਹਾਂ ਦੋ ਗ੍ਰੰਥ ਯਹੂਦੀਆਂ ਦੇ ਨੇ ਇੱਕ ਗ੍ਰੰਥ ਇਸਾਈਆਂ ਦਾ ਹੈ ਇੱਕ ਮੁਸਲਮਾਨਾਂ ਦਾ ਇਹ ਚਾਰਾਂ ਨੂੰ ਅਸੀਂ ਕੀ ਕਹਿੰਦੇ ਆ? ਅਥੀਪ ਕਹਿੰਦੇ ਆ ਜਿਹੜਾ ਕਥੇਬ ਵਿੱਚ ਪਹਿਲੀ ਚੀਜ਼ ਜਿਹੜੀ ਆਉਂਦੀ ਹੈ ਉਹ ਤੌਰੇਤ ਹੁੰਦੀ ਹੈ ਪੰਜ ਪੋਥੀਆਂ ਹਨ ਟੋਰਾ ਦੀਆਂ ਜੀਨਿਸਿਸ ਉਸ ਤੋਂ ਬਾਅਦ ਪੋਥੀ ਆਉਂਦੀ ਹੈ ਨੰਬਰਸ ਫਿਰ ਆਉਂਦੀ ਹੈ ਲੇਵਿਟਿਕਸ ਲੇਵੀਆਂ ਦੀ ਪੋਥੀ ਨਾ ਦੂਜੀ ਪੋਥੀ ਐਕਸੋਡਸ ਮਿਸਰ ਨੂੰ ਛੱਡਣਾ ਯਹੂਦੀਆਂ ਦਾ ਫਲਸਤੀਨ ਵੱਲ ਜਾਣਾ ਐਕਸਪੀਰੀਐਂਸ ਔਰ ਲਾਸਟ ਵਿੱਚ ਵੀ ਵਸਾ ਸਰ ਇਹ ਪੰਜ ਪੋਥੀਆਂ ਜਿਹੜੀਆਂ ਨੇ ਇਹ ਤੌਰੇਤ ਦੀਆਂ ਪੋਥੀਆਂ ਨੇ ਜਿਹੜੀਆਂ ਕਿ ਹਜ਼ਰਤ ਮੂਸਾ ਨੂੰ ਮੋਸੀਸ ਨੂੰ ਪ੍ਰਾਪਤ ਹੋਈਆਂ ਸਨ ਰੱਬ ਔਰ ਇਹਨਾਂ ਦਾ ਸਮਰੀ ਕੀ ਹੈ ਇਹਨਾਂ ਦੀ ਇਹਨਾਂ ਦਾ ਸਾਰਾਂਸ਼ ਕੀ ਹੈ ਇਹਨਾਂ ਦਾ ਤਤ ਕੀ ਹੈ ਉਹ ਹੈ ਟੈਨ ਕਮਾਂਡਮੈਂਟਸ ਰੱਬ ਦੇ 10 ਹੁਕਮ ਜਿਹੜੇ ਮੋਸੀਸ ਨੂੰ ਦਿੱਤੇ ਸਨ ਇਹ 10 ਹੁਕਮਾਂ ਦੀ ਵਿਆਖਿਆ ਹੈ ਇਹਨਾਂ ਪੰਜ ਪੋਥੀਆਂ 'ਚ ਯਾ ਕਮਿਊਨਿਟੀ ਦਾ ਵਿਵਹਾਰ ਹੈ ਯਹੂਦੀਆਂ ਦਾ ਉੱਜੜਨਾ ਵਸਣਾ ਇਹ ਕਥਾ ਕਹਾਣੀਆਂ ਹਨ ਪਰੰਤੂ ਘੁੰਮਦੀਆਂ ਕਿਹਦੇ ਦੁਆਲੇ ਨੇ 10 ਕਮਾਂਡਮੈਂਟਸ ਦੇ ਦੁਆਲੇ ਨੇ ਉਹਨਾਂ 10 ਕਮਾਂਡਮੈਂਟਸ ਦੇ ਬਾਰੇ 'ਚ ਯਹੂਦੀਆਂ ਦਾ ਇਹ ਨਿਸ਼ਚਾ ਹੈ ਇਹ ਰੱਬ ਨੇ ਯਹੋਵਾ ਨੇ ਲਿਖ ਕੇ ਦਿੱਤੇ ਮੌਸੇਸ ਨੇ ਨਹੀਂ ਲਿਖੀਆਂ ਪੱਥਰ ਦੇ ਦੋ ਟੁਕੜੇ ਸਨ ਪੰਜ ਕਮਾਂਡਮੈਂਟਸ ਇੱਕ ਉੱਤੇ ਤੇ ਪੰਜ ਕਮਾਂਡਮੈਂਟਸ ਇੱਕ ਉੱਤੇ ਜਿਹੜੀਆਂ ਪੰਜ ਕਮਾਂਡਮੈਂਟਸ ਨੇ ਉਹ ਹਨ ਬੰਦੇ ਤੇ ਰੱਬ ਦੇ ਸਬੰਧ ਤੇ ਦੂਜੀਆਂ ਪੰਜ ਜਿਹੜੀਆਂ ਨੇ ਬੰਦੇ ਤੇ ਬੰਦੇ ਦੇ ਸਬੰਧ ਇਹ 10 ਕਮਾਂਡਮੈਂਟਸ ਦੀਆਂ ਜਿਹੜੀਆਂ ਜਿਹੜੇ ਦੋ ਪੱਥਰ ਸਨ ਇਹਨਾਂ ਨੂੰ ਰੱਬ ਦੀ ਬਾਣੀ ਮੰਨ ਕੇ ਇਨਾਂ ਨੂੰ ਪਵਿੱਤਰ ਸੰਦੂਕ ਵਿੱਚ ਰਮਾਲਾਂ ਚ ਲਪੇਟ ਕੇ ਪਵਿੱਤਰ ਸੰਦੂਕ ਚ ਰੱਖਿਆ ਜਾਂਦਾ ਸੀ ਜਿਹਨੂੰ ਹੋਲੀ ਆਰਕ ਕਿਹਾ ਜਾਂਦਾ ਸੀ ਜਿੱਧਰ ਵੀ ਯਹੂਦੀਆਂ ਦਾ ਕਾਫਲਾ ਜਾਣਾ ਹੈ ਹੋਲੀ ਆਰਕ ਅੱਗੇ ਹੁੰਦਾ ਸੀ ਇਹ ਸ਼ਬਦ ਦਾ ਦੇਖਣਾ ਕਿ ਬੰਦੇ ਦੀ ਕਿੰਨੀ ਪੁਰਾਣੀ ਧਾਰਨਾ ਜਿਹੜੀ ਹੈ ਉਹ ਸ਼ਬਦ ਦੇ ਪ੍ਰਤੀ ਹੈ ਸਾਨੂੰ ਸਿਰਫ ਗੁਰਦੁਆਰਿਆਂ ਚ ਇਹ ਪੜਾਇਆ ਸ਼ਬਦ ਸਿਰਫ ਸਿੱਖ ਮੰਨਦੇ ਨੇ ਦੇਖੋ ਨਾ ਸੰਕਿਰਣਤਾ ਲਿਆਤੀ ਸਾਡੇ ਵਿੱਚ साढ़े प्रीस्त ने जरा जानकार नहीं सी उसने संकीर्णता लिया साढ़े भी शब्द तो सिर्फ सिखा को नहीं शब्द हर जरा आस्तिक मत जो रब विच आस्था रखता है शब्द उसके कोल है और शब्द में उसका अटुट विश्वास है तो ये टेन कमांडमेंट्स यहूदी संभाल के रखते सन एक बार होली आर्क लुटिया भी गया से ਯੁੱਧ ਵਿੱਚ ਵੀ ਹੋਲੀ ਆਰਕ ਨਾਲ ਰੱਖਿਆ ਜਾਂਦਾ ਸੀ ਕਿ ਜੇ ਸ਼ਬਦ ਨਾਲ ਹੈ ਹੋਲੀ ਆਰਕ ਨਾਲ ਹੈ ਤਾਂ ਦੁਸ਼ਮਣ ਹਰਾ ਨਹੀਂ ਸਕਦਾ ਸਾਨੂੰ ਇੱਕ ਵਾਰ ਲੁੱਟਿਆ ਗਿਆ ਫਿਰ ਉਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਇਸ ਤਰੀਕੇ ਨਾਲ ਸ਼ਬਦ ਨੂੰ ਯੁੱਧ ਭੂਮੀ ਵਿੱਚ ਨਹੀਂ ਲਿਜਾਣਾ ਚਾਹੀਦਾ ਕਿਉਂਕਿ ਬੇਅਦਬੀ ਹੁੰਦੀ ਹੈ ਇੱਕ ਵਾਰ ਲੁੱਟਿਆ ਗਿਆ ਸੀ ਫਲਸਤੀਨੀਆਂ ਨੇ ਮਾਰ ਕੁੱਟ ਕੇ ਯਹੂਦੀਆਂ ਤੋਂ ਖੋ ਲਿਆ ਸੀ ਦੂਜੀ ਚੀਜ਼ ਕਿ ਸ਼ਬਦ ਵਿੱਚ ਹੀ ਪੈਗੰਬਰੀਅਤ ਹੈ ਤੇ ਧਿਆਨ ਦੇਣਾ ਅਸੀਂ ਕਹਿੰਨੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਆਖਿਆ ਤੁਹਾਡਾ ਸ਼ਬਦ ਹੀ ਗੁਰੂ ਹੋਵੇਗਾ ਅਸਾਂ ਕਿਉਂਕਿ ਵੇਖਿਆ ਨਹੀਂ ਚੰਗੀ ਤਰ੍ਹਾਂ ਡਿਠਾ ਨਹੀਂ ਜੇ ਅਸੀਂ ਦੇਖਾਂਗੇ ਨਾ ਕਿ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੰਜ ਪਿਆਰੇ ਤੋਂ ਅਮਰ ਛਕਦੇ ਨੇ ਠੀਕ ਇਹੋ ਵਿਵਹਾਰ ਹਜ਼ਰਤ ਕ੍ਰਾਈਸਟ ਕਰਦੇ ਨੇ ਆਪਣੇ 12 ਚੇਲਿਆਂ ਦੇ ਨਾਲ ਲਾਸਟ ਸੱਪਰ ਜਿਹੜਾ ਆਖਰੀ ਭੋਜਨ ਉਹਨਾਂ ਕੀਤਾ ਹੈ ਆਪਣੇ ਚੇਲਿਆਂ ਨਾਲ ਜਦੋਂ ਪਕੜੇ ਜਾਣ ਜਿਸ ਦਿਨ ਪਕੜੇ ਗਏ ਨੇ ਉਸ ਦਿਨ ਉਹਨਾਂ ਨੇ ਕਿਹਾ ਅੱਜ ਤੁਹਾਡੇ ਹੱਥ ਮੈਂ ਧਵਾਵਾਂਗਾ ਤੁਹਾਡਾ ਹੱਥ ਨੂੰ ਅੱਜ ਮੈਂ ਸਾਫ਼ ਕਰਾਂਗਾ ਔਰ ਤੌਲੀਆ ਲੈ ਕੇ ਪਹਿਲਾਂ ਉਹਨਾਂ ਦੇ ਪਾਣੀ ਨਾਲ ਹੱਥ ਨੂੰ ਧੋਆਇਆ ਤੇ ਫਿਰ ਉਹਨਾਂ ਦੇ ਤੌਲੀਏ ਨਾਲ ਹੱਥ ਸਾਫ਼ ਕੀ ਇਟਰ ਸਕੈਨ ਲਗਾ ਮਹਾਰਾਜ ਤੁਸੀਂ ਤੇ ਪ੍ਰਭੂ ਹੋ ਅਸੀਂ ਤੁਹਾਡੇ ਸੇਵਕ ਹਾਂ सेवा तो सू करनी चाहिए सेवा क्यों कर रहे हो रब का यही हुक्म है जो गुरु गोबिंद सिंह महाराज जी ने फिर उस पैगंबर ने दूजे रूप दस अज आग्ञा यही है पांच प्यार तो अमृत अकाल की कि आज, आज पंथ तो अमृत लेना है ठीक इस तरह जदों प्रॉफिट हुगंबरीयात नबूबत ਅੱਗੇ ਦੇਣੀ ਹੈ ਹਾਂ ਉਸ ਵੇਲੇ ਮੌਜ਼ੇਸ ਜੋਸ਼ੂਆ ਨੂੰ ਹੋਲੀ ਆਰਕ ਕੋਲ ਲੈ ਗਿਆ ਮੇਰੀ ਤਾਂ ਬਾਤ ਤੂੰ ਪ੍ਰੋਫਿਟ ਹੋਣੀ ਹੈ ਹੋਲੀ ਆਰਕ ਵਿੱਚੋਂ ਸ਼ਕਤੀ ਨਿਕਲੀ ਜਿਹੜੀ ਜੋਸ਼ੂਆ ਦੇ ਵਿੱਚ ਆ ਕੇ ਸਮਾ ਗਈ ਤਾਂ ਬਾਣੀ ਦੀ ਸ਼ਕਤੀ ਇੱਕ ਤਰੀਕੇ ਨਾਲ ਪੈਗੰਬਰੀ ਆਤ ਜਿਹੜੀ ਹੈ ਉਹ ਤੇ ਬਾਣੀ ਦੇ ਪਾਸ ਹੈ ਪੈਗੰਬਰ ਤਾਂ ਬਾਣੀ ਹੈ ਸ਼ਬਦ ਹੈ ਪੈਗੰਬਰ ਇਸ ਕਰਕੇ ਸ਼ਬਦ ਨੂੰ ਇਤਨੇ ਸਤਕਾਰ ਨਾਲ ਰੱਖਿਆ ਜਾਂਦਾ ਸੀ ਇਹ ਸਾਈਆਂ ਦੇ ਕੋਲ ਉਸ ਤਰੀਕੇ ਦਾ ਸ਼ਬਦ ਨਹੀਂ ਹੈ ਜਿਸ ਤਰੀਕੇ ਦਾ ਸ਼ਬਦ 올ਡ ਟੈਸਟਾਮੈਂਟ ਵਿੱਚ ਹੈ ਜਿਸ ਕਰਕੇ 올ਡ ਟੈਸਟਾਮੈਂਟ ਨਾਲ ਰੱਖੀ ਰੱਖਣਾ ਮਜਬੂਰੀ ਹੈ ਨਹੀਂ ਤਾਂ ਜਦੋਂ ਕੋਈ ਨਵਾਂ ਪੰਥ ਬਣ ਗਿਆ ਪ੍ਰਾਣੀ ਬਾਣੀ ਉਸ ਨੇ ਛੱਡ ਦਿੱਤੀ ਉਹਨੇ ਉਹਨੇ ਆਪਣੀ ਬਾਣੀ 'ਤੇ ਯਕੀਨ ਕਰ ਲਿਆ ਦੂਜੀ ਛੱਡ ਦਿੱਤੀ ਪਰ ਕ੍ਰਿਸਚੀਅਨਿਟੀ ਨੇ ਰੱਖੀ ਕਿਉਂਕਿ ਕ੍ਰਿਸਚੀਅਨਿਟੀ ਵਿੱਚ ਬਾਈਬਲ ਦੇ ਵਿੱਚ ਹਜ਼ਰਤ ঈਸਾ ਦੇ ਸ਼ਬਦ ਨਹੀਂ ਹਨ 올ਡ ਟੈਸਟਾਮੈਂਟ ਵਿੱਚ ਮੋਸੀਸ ਦੀ ਬਾਣੀ ਹੈ ਹੋਰ ਸੰਤਾਂ ਭਗਤਾਂ ਦੀ ਬਾਣੀ ਹੈ ਜਿਹੜੀਆਂ ਕਥਾ ਕਹਾਣੀਆਂ ਨਿਊ ਟੈਸਟਾਮੈਂਟ ਵਿੱਚ ਨੇ ਉਹ ਮੈਥਿਊ ਦੀਆਂ ਲਿਖੀਆਂ ਨੇ ਜਾਂ ਮੱਤੀ ਦੀਆਂ ਲਿਖੀਆਂ ਨੇ ਜਾਂ ਮਾਰਕਸ ਦੀਆਂ ਲਿਖੀਆਂ ਹੋਈਆਂ ਨੇ ਇਹ ਜੌਹਨ ਦੀਆਂ ਲਿਖਿਆ ਆ। ਪਰ ਸ਼ਬਦ ਨੂੰ ਪਰਮਾਨ ਮੰਨਿਆ ਹੈ। ਰੱਬ ਦੇ ਸ਼ਬਦ ਵਿੱਚ ਸ਼ਬਦ ਅਤੇ ਪਰਮੇਸ਼ਰ ਨੂੰ ਇੱਕ ਕਿਹਾ ਹੈ। ਜਿਹੜੀ ਇੰਜੀਲ ਦੀ ਗੋਸਪਲ ਦੀ ਚੌਥੀ ਪੁਥੀ ਹੈ ਉਹ ਹੈ ਸੇਂਟ ਜੌਹਨ ਦੀ ਪੁਥੀ। ਸੇਂਟ ਜੌਹਨ ਆਰੰਭ ਇੱਥੋਂ ਕਰਦਾ ਆ। ਆਦ ਵਿੱਚ ਪਰਮੇਸ਼ਰ ਸੀ। परमेषर का शब्द से शब्द परमेशर के नर और वास्तविक लिखा कि शब्द ही परमेशर से फिर अगे विस्तार किया शब्द दे तारी होया शब्द की बनया क्राइस्ट बनया जिमें शब्द जोशुआ बनया इस तरह शब्द क्राइस्ट बनया वो शब्द है मनुखनी नहीं है ਹਟ ਮਾਸ ਦਾ ਪਤਲਾ ਨਹੀਂ ਹੈ ਉਹ ਉਸੇ ਤਰ੍ਹਾਂ ਦਾ ਸ਼ਬਦ ਹੈ ਜਿਵੇਂ ਗੁਰੂ ਨਾਨਕ ਸਾਹਿਬ ਸ਼ਬਦ ਕਦੇ-ਕਦੇ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਤੇ ਮਨੁੱਖ ਸਨ ਉਹਨਾਂ ਦੀ ਸਰੀਰ ਥੋੜਾ ਉਹਨਾਂ ਦਾ ਕੋਈ ਸ਼ਬਦ ਸੀ ਉਹ ਤੇ ਸ਼ਬਦ ਜਿਹੜਾ ਸੀ ਉਹ ਨਾ ਗੁਰੂ ਨਾਨਕ ਸਾਹਿਬ ਸਮੁੱਚੇ ਚੱਲਦੇ ਫਿਰਦੇ ਧਰਤੀ ਉੱਤੇ ਸ਼ਬਦ ਦਾ ਪ੍ਰਕਾਸ਼ ਹੈ ਇਸ ਕਰਕੇ ਬੋਲਣ ਦਾ ਨਾ ਬੋਲਣ ਉਹਨਾਂ ਦੀ ਛੋਹ ਵਿੱਚ ਜਿਹੜਾ ਆ ਗਿਆ ਸੰਪਰਕ ਵਿੱਚ ਉਹਦੀ ਕਲਿਆਣਾ ਬੋਲਣਾ ਜ਼ਰੂਰੀ ਥੋੜਾ ਹੈ ਉਹ ਤੇ ਸਹੈ ਹੀ ਨਿਰਾ ਸ਼ਬਦ ਨਹੀਂ ਔਰ ਮਨੁੱਖ ਵੀ ਸ਼ਬਦ ਬਣ ਸਕਦਾ ਇਹਨਾਂ ਸਮਝ ਲੈ ਸਿੱਖ ਵੀ ਸ਼ਬਦ ਬਣ ਜਾਂਦਾ ਜਦੋਂ ਸਿੱਖ ਬਿਲਕੁਲ ਗੁਰੂਗੰਨ ਸਾਹਿਬ ਦੀ ਬਾਣੀ ਨਾਲ ਅਪੇਧ ਹੋ ਜਾਏਗਾ ਉਹ ਸ਼ਬਦ ਹੋ ਜਾਏਗਾ ਕਾਇਆ ਨਹੀਂ ਰਹੇਗੀ ਉਹ ਸ਼ਬਦ ਹੋ ਜਾਏਗਾ ਔਰ ਤੁਸੀਂ ਦੇਖੋ ਕਮਾਲ ਦੀ ਗੱਵਤ ਇਹ ਕ੍ਰਾਈਸ ਨੂੰ ਕਿਹਾ ਕਿ ਕ੍ਰਾਈਸਟ ਸ਼ਬਦ ਜਿਹੜਾ ਕ੍ਰਾਈਸਟ ਹੋ ਗਿਆ ਪਰਮੇਸ਼ਰ ਸ਼ਬਦ ਬਣਿਆ ਸ਼ਬਦ ਹੋ ਕੇ ਉਸ ਨੇ ਸਰੀਰ ਧਾਰਨ ਕਰ ਲਿਆ ਸਰੀਰ ਧਾਰਨ ਕਰਕੇ ਕੀ ਬਣ ਗਿਆ ਕ੍ਰਾਈਸਟ ਬਣ ਗਿਆ ਤਾਂ ਕ੍ਰਾਈਸਟ ਕੀ ਹੈ ਸ਼ਬਦ ਪੈਗੰਬਰ ਕੀ ਹੈ ਸ਼ਬਦ ਜਿਹੜਾ ਅੱਜ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸ਼ਬਦ ਗੁਰੂ ਇਸੇ ਤਰ੍ਹਾਂ ਕੁਰਾਨ ਸ਼ਰੀਫ ਹੈ حضرت ਮੁਹੰਮਦ ਸਾਹਿਬ ਨੋ ਕਦੇ ਕੋਈ ਪੁੱਛਦਾ ਕਿ ਤੁਹਾਡ ਤੁਸੀਂ ਜੇ ਪੈਗੰਬਰ ਉਤੇ ਕਰਾਮਾਤ ਦਿਖਾਓ ਇਹ ਪੁਰਾਣੀ ਪਰੰਪਰਾ ਹੀ ਸੀ ਐਸੇ ਕਰਕੇ ਜਿਹੜੇ ਜਦੋਂ ਔਰੰਗਜ਼ੇਬ ਵੀ ਰਾਮਰਾਏ ਗਏ ਤੇ ਤਾਂ ਵੀ ਉਹਨਾਂ ਨੇ ਕੀ ਕਰਾਮਾਤ ਦਿਖਾਇਆ ਜੇ ਤੇਰੇ ਕੋਲ ਕੋਈ ਹੈ ਗੁਰੂ ਤੇਗ ਬਹਾਦਰ ਜੀ ਅੱਗੇ ਵੀ ਕੰਡੀਸ਼ਨ ਰੱਖੀਆਂ ਜੇ ਤੁਸੀਂ ਗੁਰੂ ਹੋ ਜੇ ਰੱਬ ਪੈਗੰਬਰ ਹੋ ਤੇ ਫਿਰ ਕੋਈ ਕਰਾਮਾਤ ਦਿਖਾਓ ਪੈਗੰਬਰ ਸਾਹਿਬ ਨੂੰ ਵੀ ਕਿਹਾ ਜਾਂਦਾ ਸੀ ਮੱਕੇ ਦੇ ਲੋਕ ਕਹਿੰਦੇ ਸਨ ਜਿਹੜੇ ਇਸਲਾਮ ਦੇ ਵਿਰੋਧੀ ਸਨ ਉਹ ਕਹਿੰਦੇ ਕਿੱਥੇ ਉਹ ਪੈਗੰਬਰਾਂ ਤੇ ਪਹਿਲੇ ਪੈਗੰਬਰਾਂ ਕੋਲ ਤੇ ਬੜੀਆਂ ਕਰਾਮਾਤਾਂ ਸਨ ਤੂੰ ਹੀ ਕੋਈ ਦਿਖਾ ਕਰਾਮਾਤ ਉਹ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਕੁਰਾਨ ਹੈ ਕੁਰਾਨ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੋਰ ਪੈਗੰਬਰਾਂ ਕੋਲ ਹੋਰ ਕਰਾਮਾਤਾਂ ਸਨ ਮੇਰੇ ਕੋਲ ਕੁਰਾਨ ਕਰਾਮਾਤ ਹੈ ਉਹ ਕਹਿੰਦੇ ਕਿਉਂ ਕਰਾਮਾਤ ਹੈ ਕਹਿੰਦੇ ਤੁਸੀਂ ਜਾਣਦੇ ਹੋ ਮੈਂ ਤੇ ਲਿਖਣਾ ਪੜ੍ਹਨਾ ਹੀ ਨਹੀਂ ਜਾਣਦਾ ਮੈਂ ਉਮੀ ਹਾਂ ਜਦੋਂ ਪਹਿਲੀ ਵਾਰ ਫਰਿਸ਼ਤਾ ਇਲਹਾਮ ਲੈ ਕੇ ਆਇਆ ਆਇਤਾਂ ਲੈ ਕੇ ਆਇਆ ਤਾਂ ਫਰਿਸ਼ਤਾ ਜਬਰਾਈਲ ਕਹਿਣ ਲੱਗਾ ਇਹਨੂੰ ਪੜੋ ਇਹ ਅੱਲਾਹ ਦੀ ਬਾਣੀ ਆਈ ਕਹਿਣ ਲੱਗੇ ਮੈਂ ਪੜ ਨਹੀਂ ਸਕਦਾ ਮੈਂ ਉਮੀ ਹਾਂ ਅਨਪੜਾ ਕਹਿਣ ਲੱਗੇ ਪਰਮਾਤਮਾ ਦਾ ਅੱਲਾਹ ਦਾ ਨਾਮ ਲੈ ਕੇ ਪੜ ਕਹਿਣ ਲੱਗੇ ਮੈਂ ਉਮੀ ਹਾਂ ਮੈਂ ਪੜਨਾ ਨਹੀਂ ਜਾਣਦਾ ਮੈਨੂੰ ਪੜਨਾ ਲਿਖਣਾ ਨਹੀਂ ਆਉਂਦਾ ਫਿਰ ਜਬਰਾਇਲ ਨੇ ਕਿਹਾ ਉਸ ਅੱਲਾਹ ਦੇ ਨਾਮ ਤੇ ਪੜ ਜਿਹੜਾ ਸਾਰੇ ਜਹਾਨ ਵਿੱਚ ਵਿਦਿਆ ਦਾ ਪ੍ਰਕਾਸ਼ ਕਰਦਾ ਹੈ ਜਿਹੜਾ ਸਾਰੇ ਜਹਾਨ ਨੂੰ ਗਿਆਨ ਦਿੰਦਾ ਹੈ ਉਸ ਦੇ ਨਾਮ ਤੇ ਪੜ ਫਿਰ ਉਹਨਾਂ ਨੇ ਉਹ ਆਇਤਾਂ ਪੜੀਆਂ ਜਿਹੜੀਆਂ ਹੁਣ ਕੁਰਾਨ ਸ਼ਰੀਫ ਦੀ 96 ਨੰਬਰ ਸੂਰਤ ਵਿੱਚ ਨੇ ਉਹ ਆਇਤਾਂ ਤੋਂ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਸ਼ਬਦ ਪੈਗੰਬਰ ਸਾਹਿਬ ਨੂੰ ਵੀ ਪੈਗੰਬਰ ਸਾਹਿਬ ਨੇ ਉਹ ਕਹਿੰਦੇ ਮੈਂ ਅਨਪੜਹਾ ਮੈਂ ਕਿੱਥੇ ਲਿਖ ਸਕਦਾ ਜੇ ਇਹ ਕੁਰਾਨ ਦੀਆਂ ਆਇਤਾਂ ਬੋਲੀਆਂ ਗਈਆਂ ਨੇ ਸੁਣਾਈਆਂ ਗਈਆਂ ਨੇ ਇਹ ਮੇਰੀਆਂ ਥੋੜਾ ਨੇ ਤੇ ਮੇਰੇ ਕਰਾਮਾ ਦੇ ਰੱਬ ਦੀ ਮਿਹਰ ਹੈ ਮੈਨੂੰ ਪੈਗੰਬਰੀ ਆਤ ਪ੍ਰਾਪਤ ਵੀ ਮੈਂ ਪੈਗੰਬਰਾਂ ਤਾਂ ਤੇ ਇਹ ਕੁਰਾਨ ਦੀਆਂ ਆਇਤਾਂ ਰਚੀਆਂ ਗਈਆਂ ਨੇ ਕਿਉਂਕਿ ਮੇਰੀ ਰਚਨਾ ਤੇ ਹੈ ਨਹੀਂ ਇਹ ਤੇ ਅੱਲਾਹ ਦੀ ਬਾਣੀ ਹੈ ਅੱਲਾਹ ਦੀ ਬਾਣੀ ਕਿ ਹੋ ਜੀ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਇੱਕ ਵੀ ਕਹ ਨਾਨਕ ਇਹ ਲਿਖਿਆ ਨਾ ਰਵਿਦਾਸ ਕਹਿੰਦਾ ਹੈ ਕਬੀਰ ਕਹਿੰਦਾ ਹੈ ਫਰੀਦ ਕਹਿੰਦਾ ਹੈ ਕਹ ਫਰੀਦ ਸਹੇਲੀਓ ਸੋ ਲਾਇ ਸੀ ਇਹ ਫਰੀਦ ਕਹਿ ਰਿਹਾ ਅਸੀਂ ਕਹਿੰਦੇ ਰੱਬ ਦੀ ਬਾਣੀ ਕੁਰਾਨ ਸ਼ਰੀਫ ਚ ਕਿਤੇ ਨਹੀਂ ਲਿਖਿਆ ਕਿ ਹਜਰਤ ਮੁਹੰਮਦ ਸਾਹਿਬ ਇਹ ਕਹਿੰਦੇ ਨੇ ਉੱਥੇ ਅੱਲਾ ਹੀ ਕਹਿੰਦਾ ਹੈ ਇੱਕ ਵੀ ਲਾਈਨ ਐਸੀ ਨਹੀਂ ਜਿੱਥੇ ਹਜਰਤ ਮੁਹੰਮਦ ਸਾਹਿਬ ਕੁਝ ਲੋਕਾਂ ਨੂੰ ਕਹਿ ਰਹੇ ਹੋਣ ਅੱਲਾ ਕਹਿੰਦਾ ਹੈ ਅੱਲਾ ਯਾ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਕਹੇਗਾ ਜਾ ਇਹਨਾਂ ਲੋਕਾਂ ਨੂੰ ਇਹ ਗੱਲ ਕਹਿ ਦੇ ਧਰਮ ਦੀ ਕੋਈ دین ਦੀ ਗੱਲ ਕਰਨੀ ਹੈ ਤੇ ਕਹੇ ਸੰਬੋਧਨ ਕਰ ਰਹਾ ਹੈ ਕਿ ਇਹਨਾਂ ਲੋਕਾਂ ਨੂੰ ਇਹ ਗੱਲ ਕਹਿ ਦੇ ਜਾਂ ਫਿਰ ਲੋਕਾਂ ਨੂੰ ਕਿਹਾ ਕਿ ਪੈਗੰਬਰ ਜੋ ਕੁਝ ਕਹਿ ਰਿਹਾ ਹੈ ਇਹਦੀਆਂ ਗੱਲਾਂ ਤੁਸੀਂ ਮੰਨੋ ਅੱਲਾ ਦਾ ਸੰਬੋਧਨ ਹੈ ਉਹਨਾਂ ਦਾ ਯਕੀਨ ਹੈ ਕਿ ਇਸ ਵਿੱਚ ਇੱਕ ਵੀ ਸ਼ਬਦ ਹਜ਼ਰਤ ਮੁਹੰਮਦ ਸਾਹਿਬ ਦਾ ਨਹੀਂ ਰੱਬ ਦੇ ਸ਼ਬਦ ਨੇ ਇੱਕ ਹੋਰ ਪ੍ਰਮਾਣ ਦਿੰਦੇ ਨੇ ਉਹ ਜਿਹੜੇ ਸ਼ਬਦ ਜਿਹੜੇ ਨੇ ਉਹਨਾਂ ਦੇ ਕੋਈ मीनिंग ਨਹੀਂ ਬਣਦਾ 14 ਕੁ ਸ਼ਬਦ ਹਨ ਐਸੇ ਜਿਨ੍ਹਾਂ ਦਾ ਕੋਈ मीनिंग ਨਹੀਂ ਹੈ ਉਹ ਕਹਿੰਦੇ ਇਹਨਾਂ ਦਾ मीनिंग ਕਿਉਂ ਨਹੀਂ ਕਿਉਂਕਿ ਸੰਸਾਰ ਦੀ ਲੋਕ ਦੀ ਬੋਲੀ ਨਹੀਂ ਹੈ ਇਹ ਅੱਲਾਹ ਤੋਂ ਆਏ ਬਚਨ ਇਸ ਕਰਕੇ ਗੈਬੀ ਸ਼ਬਦ ਨੇ ਇਹ ਕੁਰਾਨ ਦੀ ਰੱਬੀ ਹੋਣ ਦਾ ਪ੍ਰਮਾਣ ਹੈ ਇਹ ਰੱਬ ਦੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਵਿੱਚ ਆਏ ਤਾਂ ਉਹਨਾਂ ਨੇ ਜਿਹੜੀਆਂ ਕਿਤੇ ਮੈਂ ਇੱਕ ਗੱਲ ਉਸ ਤੋਂ ਪਹਿਲਾਂ ਕਰ ਲਵਾਂ ਕਿ ਵੇਦ ਦੀ ਗੱਲ ਵੇਦ ਵਿੱਚ ਹਾਲਾਂਕਿ ઋਸ਼ੀਆਂ ਦੇ ਨਾਮ ਹਨ ॠग्वेद ਵਿੱਚ ਅੰਗੀਰਸ ਇਤਿਆਦੀ ઋષਿ ਹਨ ਜਿਨ੍ਹਾਂ ਦੇ ਨਾਮ ਨੇ ਪਰ जे ऋषिया ने मंत्र उच्चारण किए मंत्र दृष्टा हैं मंत्र रचैता नहीं हैं मंत्र रचन वाले नहीं हैं मंत्र वेखे ने उन्होंने एक हो बड़ी कमाल चीज देखो मंत्र देखया जाता है दर्शन किए जाते हैं देखया है उन्हें मंत्र आया दे तो देखिया कद जन्मसाखियाँ तुम सुन देना मरदानिया रभाब बाणी आई है ਇਹਨlí ਖਰਬੋ ਬੋਲਦਾ ਬਾਣੀ ਦੇਸਲੀ ਆ ਰਹੀ ਮੰਤਰ ਦ੍ਰਸ਼ਟਾ ਹੋ ਗਿਆ ਨਾ ਮੰਤਰ ਦ੍ਰਸ਼ਟਾ ਹੋਏ ਤੇ ਗੁਰੂ ਨਾਨਕ ਸਾਹਿਬ ਦੇ ਬਾਣੀ ਦੇਖਣ ਚ ਕੋਈ ਫਰਕ ਥੋੜਾ ਹੀ ਹੈ ਕੋਈ ਅੰਤਰ ਨਹੀਂ ॠषि ਮੰਤਰ ਦੇ ਦਰਸ਼ਨ ਕਰ ਰਿਹਾ ਹੈ ਦੇਖ ਰਿਹਾ ਹੈ ਔਰ ਫਿਰ ਉਸ ਨੂੰ ਦੇਖ ਕੇ ਫਿਰ ਆਪਣੀ ਸਮ੍ਰਿਤੀ ਚ ਵਸਾਉਂਦਾ ਹੈ ਤੇ ਅੱਗੇ ਫਿਰ ਆਪਣੇ ਸ਼ਿਸ਼ਿਆਂ ਨੂੰ ਉਹਨੇ ਪੜਾਇਆ ਤੇ ਇਸ ਕਰਕੇ ਉਹ shruti ਗਿਆਨ ਹੋ ਗਿਆ ਸੁਣ ਸੁਣ ਕੇ ਗਿਆਨ ਪਰਵਾਇਤ ਹੁੰਦਾ ਰਿਹਾ ਰਚਿਆ ਨਹੀਂ ਉਹਨੇ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਗੁਰਬਾਣੀ ਦੇ ਸੰਬੰਧ ਵਿੱਚ ਗੁਰੂ ਜੀ ਦਾ ਜਿਹੜਾ ਵੱਡਾ ਉਪਕਾਰ ਹੈ ਉਹ ਇਹ ਵੇ ਕਿ ਉਹਨਾਂ ਨੇ ਵਿਧੀਵਤ ਇਸ ਨੂੰ ਗੁਰੂ ਸਥਾਪਤ ਕਰ ਦਿੱਤਾ ਆਪਣੀ ਲਾਈਫ ਵਿੱਚ ਹਾਲਾਂਕਿ ਉਹ ਸ਼ਬਦ ਸਮਰੂਪ ਸਨ ਮੈਂ ਪਹਿਲਾਂ ਕਹਿ ਚੁੱਕਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਗੁਰਸਿੱਖੀ ਸੋਥਾਨ ਪਾਲਿਆ ਲੈ ਤੂੜ ਮੁਖਾ ਜਿੱਥੇ ਜਾ ਬਹਿੰਦੇ ਨੇ ਜੰਗਲਾਂ ਵਿੱਚ ਭੈਜਨ ਪਹਾੜਾਂ ਤੇ ਚਲੇ ਜਾਂ ਉਹ ਸ਼ਬਦ ਸਰੂਪ ਹਨ ਜੇ ਉਹ ਸ਼ਬਦ ਸਰੂਪ ਨਾ ਹੁੰਦੇ ਤੇ ਪਾਸ਼ਾ ਦੀ ਸਮੱਸਿਆ ਆ ਜਾਣੀ ਸੀ ਇਹ ਧਿਆਨ ਰੱਖਣਾ ਉਥੇ ਤਿੱਬਤ ਵਿੱਚ ਤਿਪਤੀਆਂ ਦੀ ਲੈਂਗੁਏਜ ਜਿਹੜੀ ਸੰਤ ਕੋਈ ਸਮਝ ਨਹੀਂ ਆਉਂਦੀ ਡੇਰਾਦੂਨ ਚ ਵੱਡੇ ਰਹਿੰਦੇ ਨੇ ਜਦੋਂ ਆਪਣੀ ਭਾਸ਼ਾ ਚ ਗੱਲ ਕਰਨ ਸਾਨੂੰ ਸਮਝ ਨਹੀਂ ਹੁੰਦੀ ਉਸ ਵੇਲੇ ਤੇ ਇਤਨੀ ਨੇੜਤਾ ਵੀ ਤਿਬਤੀਆਂ ਨਾਲ ਹੈ ਨਹੀਂ ਸੀ ਪੰਜਾਬੀਆਂ ਦੀ ਹੁਣ ਤੇ ਫਿਰ ਥੋੜੀ ਬਹੁਤ ਸਾਂਝ ਹੈ ਕੋਈ ਆਉਂਦੇ ਜਾਂਦੇ ਉੱਥੇ ਮੱਕਾ ਸ਼ਰੀਫ ਵਿੱਚ ਗਏ ਉੱਥੇ ਦੇ ਲੋਕਾਂ ਨੂੰ ਕਿਹੜਾ ਇਥੋਂ ਦੀ ਹਿੰਦੀ ਆ ਪੰਜਾਬੀ ਹੁੰਦੀ ਸੀ ਉਹ ਅਰਬੀ ਜਾਣਦੇ ਸਨ ਸਿਰਫ ਬਗਦਾਦ ਵਿੱਚ ਗਏ ਅਰਬੀ ਵਿੱਚ ਡਿਸਕਸ਼ਨ ਹੋ ਰਹੀਆਂ ਨੇ ਇਹ ਨਹੀਂ ਵੀ ਸ਼ੈਰ ਕਰਕੇ ਚੁੱਪਚੀਪੇ ਸ਼ੈਰ ਕੀਤੀ ਚਲੋ ਮਾੜਾ ਮੋਟਾ ਇਸ਼ਾਰਿਆਂ ਨਾਲ ਰਸਤਾ ਰਸਤਾ ਪੁੱਛਿਆ ਖਾਣਾ ਪਾਣੀ ਪੁੱਛਿਆ ਕਿੱਥੋਂ ਮਿਲੇਗਾ ਤੇ ਆ ਗਏ। ਨਾ ਉੱਥੇ ਗੋਸ਼ਟਾ ਕਰ ਲੈਨੇ। ਔਰ ਗੋਸ਼ਨਾ ਕੀਤੀਆਂ ਨੇ ਇਹਦਾ ਪ੍ਰਮਾਣ ਬਗਦਾਦ ਵਿੱਚ ਅੱਜ ਵੀ ਹੈ। ਇਹ ਉੱਥੋਂ ਦੇ ਜਿਹੜੇ ਪੀਰ ਹਨ ਉਹ ਆਪ ਉਹਨਾਂ ਦੀ ਯਾਦਗਾਰ ਬਣਵਾ ਰਿਹਾ ਕਿ ਇੱਥੇ ਹਜ਼ਰਤ ਬਾਬਾ ਨਾਨਕ ਆਏ ਸਨ। ਔਰ ਗੋਸ਼ਟੀ ਕੀਤੀ ਸੀ। ਉੱਥੇ ਉਹਨਾਂ ਦਾ ਸਿੱਟਾ ਕਿ ਇਹ ਜਿਹੜੇ ਤੁਸੀਂ ਕਹਿੰਦੇ ਹੋ ਸਤ ਪਤਾਲ ਸਤ ਆਕਾਸ਼ ਇਹ ਨਹੀਂ ਹਨ। ਕੋਈ ਗਿਣਤੀ ਨਹੀਂ ਹੈ ਪਤਾਲਾ ਪਤਾਲ ਲੱਖ ਅਗਾਸ ਅਗਾਸ ਇਹ ਉਪਦੇਸ਼ ਦਿੱਤਾ ਹੈ ਉਹ ਦੱਸੋ ਭਾਈ ਇਹ ਉਪਦੇਸ਼ ਕਿਵੇਂ ਦਿੱਤਾ ਹੈ ਅਰਬੀ ਤੇ ਉਹ ਜਾਣਦੇ ਨਹੀਂ ਸਨ ਔਰ ਉਹ ਹਿੰਦੀ ਪੰਜਾਬੀ ਨਹੀਂ ਸਨ ਜਾਣਦੇ ਜਿਨ੍ਹਾਂ ਨਾਲ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਉਹ ਭਾਰਤੀ ਭਾਸ਼ਾਵਾਂ ਨਹੀਂ ਜਾਣਦੇ ਤੇ ਗੁਰੂ ਸਾਹਿਬ ਅਰਬ ਦੀਆਂ ਬੋਲੀਆਂ ਜਿਹੜੀਆਂ ਨੇ ਉਹਨਾਂ ਨੇ ਕਿਤੋਂ ਪੜ੍ਹੀਆਂ ਹੋਈਆਂ ਨਹੀਂ ਹਨ ਜੇ ਕਿਸੇ ਮੌਲਵੀ ਦੇ ਕੋਲੋਂ ਥੋੜਾ ਬਹੁਤ ਕੋਈ ਸਾਲ ਦੋ ਸਾਲ ਲਗਾਇਆ ਵੀ ਹੋਵੇ ਤਾਂ ਬੰਦਾ ਇਤਨਾ ਸਮਰੱਥ ਬੰਦਾ ਨਹੀਂ ਹੋ ਸਕਦਾ ਵੀ ਉਹ ਗੱਲਬਾਤ ਕਰਨ ਦੇ ਯੋਗ ਹੋ ਜਾਵੇ ਸਾਨੂੰ ਅੰਗਰੇਜ਼ੀ ਚ ਲੈਕਚਰ ਦੇਣਾ ਹੋਵੇ ਤੇ ਸਾਡੇ ਵਾਸਤੇ ਸੰਭਵ ਜਿਹਾ ਕੰਮ ਹੈ ਹਾਲਾਂਕਿ ਕਿੰਨੇ ਸਾਲ ਅਸੀਂ ਪੜ੍ਹਦੇ ਰਹੇ ਅੰਗਰੇਜ਼ੀ ਤੋਂ ਮੈਂ ਬੇਨਤੀ ਕਰ ਰਿਹਾ ਸੀ ਕੋਈ ਸ਼ਬਦ ਸਰੂਪ ਸਨ ਭਾਸ਼ਾ ਸਮੱਸਿਆ ਹੀ ਨਹੀਂ ਕਿਉਂਕਿ ਭਾਸ਼ਾ ਸ਼ਬਦ ਨਹੀਂ ਹੈ ਇਹ ਵੀ ਧਿਆਨ ਰੱਖਣਾ ਸ਼ਬਦ ਇਹ ਨਹੀਂ ਜਿੰਨਾ ਅਸੀਂ ਵੇਖਦੇ ਹਾਂ ਸ਼ਬਦ ਉਤਨਾ ਨਹੀਂ ਹੈ ਜਿੰਨਾ ਅਸੀਂ ਕਿਹਾ 1430 ਪੰਨਿਆਂ ਦੇ ਵਿੱਚ ਇਹ ਸ਼ਬਦ ਹੈ ਇਹ ਤੇ ਸ਼ਬਦ ਦਾ ਭਾਰੀ ਜਰੂਰ ਹੈ ਜਿਹੜਾ ਮਨੁੱਖ ਦੇ ਇੰਟਰੈਕਸ਼ਨ ਵਾਸਤੇ ਅੱਖਰਾਂ ਵਿੱਚ ਲਿਖਿਆ ਗਿਆ ਹੈ ਸ਼ਬਦ ਤਾਂ ਇਸ ਤੇ ਪਿੱਛੇ ਜਿਸ ਸ਼ਬਦ ਨੇ ਤੁਹਾਡੇ ਨਾਲ ਬਾਤचीत ਕਰਨੀ ਹੈ ਇਹ ਸ਼ਬਦ ਤੇ ਤੁਸੀਂ ਪੜ੍ਹਨਾ ਹੈ ਅਰਥ ਸਮਝਣੇ ਨੇ ਸਮਝ ਕੇ ਬੁੱਧੀ ਚ ਪਸਾਣਾ ਹੈ ਇਹਨੇ ਅਕਲ ਤੱਕ ਰਹਿ ਜਾਣਾ ਪਰੰਤੂ ਇੱਕ ਸ਼ਬਦ ਐਸਾ ਜਿਸ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਜੇ ਉਹ ਗੱਲਬਾਤ ਨਹੀਂ ਕਰੇਗਾ ਸ਼ਬਦ ਕਿੱਥੋਂ ਹੋ ਗਿਆ ਗੱਲਬਾਤ ਕਰਨੀ ਉਸਨੇ ਤੁਹਾਡੇ ਨਾਲ ਉਸ ਸ਼ਬਦ ਉਹ ਸ਼ਬਦ ਇਸ ਸ਼ਬਦ ਦੇ ਪਿੱਛੇ ਹੈ ਉਹ ਜਦੋਂ ਤੱਕ ਤੁਹਾਡੀਆਂ ਫੀਲਿੰਗਸ ਵਿੱਚ ਨਹੀਂ ਆਉਂਦਾ ਸ਼ਬਦ ਦੀਆਂ ਫੀਲਿੰਗਸ ਤੇ ਤੁਹਾਡੀਆਂ ਫੀਲਿੰਗਸ ਇੱਕ ਰੂਪ ਨਹੀਂ ਹੁੰਦੀਆਂ ਤਦੋਂ ਤੱਕ ਇਹ ਸ਼ਬਦ ਬਾਰੋਂ-ਬਾਰੋਂ ਵੇਖ ਕੇ ਪੜ੍ਹ ਕੇ ਹਜ਼ਾਰਾਂ ਵਾਰ ਪਾਠ ਕਰਕੇ ਇੰਟਰੈਕਸ਼ਨ ਹੋਰ ਘਟ ਗਈ ਇਹ ਵੀ ਬੇਨਤੀ ਕਰਦੇ ਹਾਂ ਮੈਂ ਜਿੰਨਾ ਜ਼ਿਆਦਾ ਪੜਿਆ ਉਤਨੀ ਇੰਟਰੈਕਸ਼ਨ ਸ਼ਬਦ ਨਾਲੋਂ ਟੁੱਟ ਗਈ ਕਿਵੇਂ ਟੁੱਟ ਗਈ ਜਿੰਨਾ ਜ਼ਿਆਦਾ ਪਾਠ ਅਗਿਆਨਤਾ ਵਿੱਚ ਕੀਤਾ ਜਾਂਦਾ ਹੈ ਅਰਥ ਤੋਂ ਬੰਦਾ ਉਹਨਾਂ ਦੂਰ ਹੋ ਜਾਂਦਾ ਹੈ ਜਪਜੀ ਦੇ ਅਰਥ ਇਤਨੀ ਵੱਡੀ ਪ੍ਰੋਬਲਮ ਨਹੀਂ ਹੈ ਸਿੱਧ ਗੋਸ਼ਟ ਉਸ ਤੋਂ ਔਖੀ ਹੈ ਪਰ ਜਪਤੀ ਦੇ ਅਰਥ ਜਿਹੜੇ ਨੇ ਉਹ ਵਾਰ-ਵਾਰ ਪੜਨ ਤੇ ਕਿਉਂ ਨਹੀਂ ਹੁੰਦੇ ਕਿਉਂਕਿ ਉਸ ਨੂੰ ਅਗਿਆਨ ਵਿੱਚ ਇੰਨੀ ਵਾਰੀ ਪੜਿਆ ਹੈ ਉਹ ਫਿਰ ਦਿਮਾਗ ਚੋਂ ਨਿਕਲ ਜਾਂਦੇ ਨੇ ਅਰਥ ਕਿਉਂਕਿ ਅਗਿਆਨ ਚ ਪੜਿਆ ਹੈ ਸਾਡੇ ਮੈਂ ਪਿੱਛੇ ਜਿਹੜਾ ਸਿੰਘ ਸਾਹਿਬਾਨ ਵੀ ਬੈਠੇ ਸਨ ਉੱਥੇ ਬੜੇ ਜ਼ਿੰਮੇਵਾਰ ਅਹੁਦਿਆਂ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਇੱਕ ਮੈਂ ਕਿਹਾ ਉਚਾਰਨ ਸੰਬੰਧੀ ਤੇ ਤੁਹਾਡੇ ਤੇ ਮੇਰੇ ਜਿਹੜੇ ਵਿਚਾਰ ਨੇ ਉਹ ਵੀ ਪੈਨ ਹੋ ਸਕਦੇ ਨੇ ਉੱਪਰਲੇ ਲੈਵਲ ਤੇ ਪਰ ਜਿਹੜਾ ਸੁਧਾਰ ਨੂੰ ਜਿਹੜੀਆਂ ਗੱਲ ਚੀਜ਼ਾਂ ਨੇ ਜਿਹੜੀਆਂ ਕਿ ਹਰ ਸਿੱਖ ਨੂੰ ਪਤਾ ਹੀ ਹੈ ਉਚਾਰਨ ਦਾ ਕਟੂਕੜ ਦਰਬਾਰ ਸਾਹਿਬ ਦੇ ਰਾਗੀ ਉਹਤਨੇ ਗਲਤੀਆਂ ਕਰਨ ਮੈਂ ਕਿਹਾ ਮੈਂ ਤਿੰਨ ਚਾਰ ਤੁਹਾਨੂੰ ਦੱਸ ਦੇਣਾ ਗਲਤੀਆਂ ਮੈਂ ਕਿਹਾ ਇਹ ਰੋਜ਼ ਪੜਦੇ ਨੇ ਸੋਣ ਸੰਧਿਆ ਤਰੀ ਦੇਵ ਦੇਵਾਕਰ ਅਧਪਤ ਆਦ ਸਮਾਈ ਪਹਿਲਾਂ ਤੇ ਅਧਪਤ ਨਹੀਂ ਹੈ ਅਧਪਤੀ ਅਧਿਪਤੀ ਸਿਹਾਰੀ यह खैर अगली स्ट, अगला स्टैप है परंतु सुन संध्या सुन संध्या थोड़ा लिखे है। सुन संध्या सुन शून्य लिखिया सुन है वह पढ़ते सुन संध्या तेरी देव दिवा कर अदपत्या सुनाई फिर गगन मैं थाल रव वो है गगन मैं पर न गगन मैं गगन मैं अर्थ है आकाश रूप और गगन मैं दा आकाश विच ਉਪਰਲੇ ਨੇਕਾਸ਼ ਵਿੱਚ ਆਕਾਸ਼ ਵਿੱਚ ਥਾਲ ਹੈ ਉਹ ਆਕਾਸ਼ ਰੂਪ ਥਾਲ ਹੈ ਉਹ ਕਹਿੰਦੇ ਆਕਾਸ਼ ਵਿੱਚ ਥਾਲ ਹੈ ਸੰਤ ਸਹਾਇ ਸਦਾ ਜਗ ਮਾਏ ਇਹਨੂੰ ਤੇ ਬਣਾਇ ਦਿੱਤਾ ਸਿੱਖਾਂ ਨੇ ਸੰਤ ਸਹਾਇ ਸਦਾ ਜਗ ਮਾਹੇ ਬਿਲਕੁਲ ਸ਼ਬਦ ਦਾ ਧਿਆਨ ਹੀ ਨਹੀਂ ਕਰ ਰਹੇ ਵੀ ਸ਼ਬਦ ਲਿਖਿਆ ਕੀ ਹੈ ਪਰ ਅਸੀਂ ਕੀ ਰਿਹਾ ਮੈਂ ਕਿ ਘਟੂ ਘਟੇ ਇਹਨਾਂ ਨੂੰ ਇਹ ਤੇ ਬੇਨਤੀ ਕਰਿਸ਼ੋ ਵੀ ਰੋਜ਼ ਹੀ ਨਾ ਗਲਤ ਪੜਨ ਜਿਹੜਾ ਹੁੰਦਾ ਉਹੀ ਗਲਤ ਪੜਦਾ ਵਿਚਾਰੇ ਹਾਸੇ ਫੇ ਮਸਕਰਾ ਕੇ ਆਪਣਾ ਕੰਮ ਉਹਨਾਂ ਨੇ ਡਿਊਟੀ ਉਹਨਾਂ ਦੀ ਪੂਰੀ उस तरह ही चलता रहना है प्रवाह इस अगर कहे कि शब्द के न कोई मेरा संयोग हो गया कित है संयोग बिल्कुल ही नहीं शब्द गायन करना एक किता है रुचि हुई नहीं कि मैं शब्द नाल इंटरैक्शन करनी है जिसकी शब्द नाल इंटरैक्शन हो जाएगी ਸ਼ਬਦ ਉਹਦੇ ਨਾਲ ਗੱਲਬਾਤ ਕਰਨਾ ਗਿਆ ਮੈਂ ਤੇ ਆ ਚੀਜ਼ਾਂ ਤੂੰ ਮੈਨੂੰ ਕੀ ਬਣਾਇਆ ਹੋਇਆ ਪਤਾ ਹੈ ਕੀ ਬਣਾਇਆ ਸਿੱਖਾਂ ਨੇ ਸਿੱਖ ਰੋਜ਼ ਪੜ੍ਹਦੇ ਨੇ ਰੱਬ ਨੂੰ ਕਹਿੰਦੇ ਨੇ ਉਹ ਆਪਣੇ ਆਪ ਮਰ ਜਾਗਾ ਰੋਜ਼ ਸਿੱਖ ਪੜ੍ਹਦਾ ਆਪਣੇ ਆਪ ਮਰ ਜਾਗਾ ਰੱਬ ਦੱਸੋ ਤੁਸੀਂ ਚੰਗਾ ਕਾਲ ਮੂਰਤੇ ਕਿਵੇਂ ਪੜ੍ਹਦੇ ਨੇ ਰੋਜ਼ ਪੜ੍ਹਦੇ ਨੇ ਸੈਭੰ ਸੈਭੰ ਭੰਗਾਰਥ ਕੀ ਹੈ ਖੰਡੇ ਤੋਂ ਟੁਕੜੇ ਹੋਣਾ ਵਿਭਾਜਿਤ ਹੋਣਾ ਨਸ਼ਟ ਹੋਣਾ ਮਰ ਜਾਣਾ ਸ਼ਾਇਦ ਅਰਥ ਸਵੇ ਰੱਬ ਕੌਣ ਹੈ ਜਿਹੜਾ ਆਪਣੇ ਆਪ ਮਰ ਜਾਏ ਹਰ ਸਿੱਖ ਰੋਜ਼ ਪਤਾ ਨਹੀਂ ਕਿੰਨੀ ਵਾਰੀ ਪੜਦਾ ਇਹਨੂੰ ਤੇ ਕਿੰਨੀ ਵਾਰੀ ਰੱਬ ਨੂੰ ਕਹਿੰਦੇ ਆਪ ਹੀ ਮਰ ਜਾਏਗਾ ਤੂੰ ਮਤਲਬ ਗਲੋਂ ਲਾਉਣ ਦਾ ਤਰੀਕਾ ਚੰਗਾ ਵੀ ਸਾਨੂੰ ਨਹੀਂ ਕੁਝ ਕਰਨਾ ਪੈਣਾ ਤੂੰ ਆਪ ਹੀ ਮਰ ਜਾਏਗਾ ਉਹ ਪਲੇ ਲੋਕੋ ਇਹ ਸਹਿ ਭੰਗ ਨਹੀਂ ਹੈ ਜਦੋਂ ਮੈਂ ਇਹ ਜਿਹੜੇ ਸਾਡੇ ਵੱਡੇ ਜਥੇਦਾਰ ਨੇ ਉਹਨਾਂ ਅੱਗੇ ਸਵਾਲ ਰੱਖਿਆ ਜਿਹੜੇ ਆਪਣੇ ਆਪ ਨੂੰ ਵਿਦਾਂ ਵਿਦਵਾਨ ਵੀ ਅਖਵਾਂਦੇ ਨੇ ਕਹਿਣ ਲੱਗੇ ਜੀ ਪੰਜਾਬੀ ਹੈ ਤੁਸੀਂ ਸੰਸਕ੍ਰਿਤ ਵਾਂਗ ਬੋਲ ਮੈਂ ਕਿਹਾ ਮੈਨੂੰ ਭੰਗ ਦੇ ਅਰਥ ਤੁਸੀਂ ਪੰਜਾਬੀ ਚ ਦੱਸ ਦਿਓ ਪੰਜਾਬੀ ਵਿੱਚ ਵੀ ਹੋਈ ਨੇ ਜਿਹੜੇ ਸੰਸਕ੍ਰਿਤ ਤੇ ਹਿੰਦੀ ਚ ਨੇ ਸ਼ਬਦ ਹੈ ਸਾਇਬ ਹਮ ਮਾ ਹੈ ਟੀਪੀ ਜਿੱਥੇ ਵੀ ਕਿਤੇ ਹੈ ਗੁਰਬਾਣੀ ਦੇ ਅਖੀਰਲੇ ਪਾਦ ਤੇ ਉਹ ਟੀਪੀ ਮਾ ਹੈ ਸ਼ਬਦ ਦਾ ਇਸ ਮਾਰ ਕਿੱਥੋਂ ਨਿਕਲੇ ਰੱਬ ਨੂੰ ਦੇ ਕੇ ਜਿਹੜਾ ਸ਼ਬਦ ਬੋਲਨੇ ਆ ਉਹ ਤੇ ਰੱਬ ਨੂੰ ਮਾਰਨ ਵਾਲਾ ਸ਼ਬਦ ਹੈ ਤੇ ਰੱਬ ਜੀਵੰਤ ਦੇ ਦਰਸ਼ਨ ਸ਼ਬਦ ਚੋਂ ਕਿਵੇਂ ਹੋਣਗੇ ਜਿਉਂਦੇ ਰੱਬ ਦੇ ਦਰਸ਼ਨ ਜਿਸ ਨੂੰ ਪਹਿਲਾਂ ਹੀ ਮਾਰ ਕੇ ਫੇਰ ਅੱਗੇ ਚੱਲੇ ਆ ਉਸ ਨੂੰ ਉਸ ਜੀਵਨ ਕਿਵੇਂ ਮਿਲੇਗਾ ਉਹ ਹੈ ਸੈਭ ਹਮ ਸਭ ਭਵ ਅਮ ਇਹ ਆਪਣੇ ਆਪ ਹੋਇਆ ਹੈ ਇਹ ਤਿੰਨ ਪਦਾਂ ਤੋਂ ਬਣਿਆ ਸਭ ਭਵ ਹੁੰਦਾ ਹੈ ਹੋਣਾ ਸਭ ਆਪਣੇ ਆਪ भाव हूं होना और यने आप होया ओ नहीं बड़ा भेद है ओ नहीं जरा जगत विस्ता है ये ये चीजा बा इंटरैक्शन जी है बहुत मुश्किल काम है शब्द जो असी समझ लिया है वह शब्द वो है ਜਿਸ ਨੂੰ ਸਰਦੀਆਂ ਵਿੱਚ ਸਰਦੀ ਬਹੁਤ ਲੱਗਦੀ ਹੈ ਗਰਮੀਆਂ 'ਚ ਗਰਮੀ ਬਹੁਤ ਲੱਗਦੀ ਹੈ ਤੇ ਜਿਸ ਨੂੰ ਸਰਦੀ ਗਰਮੀ ਲੱਗਦੀ ਉਹ ਤੇ ਮਰ ਜਾਏਗਾ ਉਹ ਜੀਵਤ ਕਿੱਥੋਂ ਹੋ ਸਕਦਾ ਜਿਸ ਨੂੰ ਸਰਦੀ ਤੇ ਗਰਮੀ ਲੱਗੇ ਉਹ ਰਹਿ ਸਕਦਾ ਸ਼ਬਦ ਉਹ ਹੈ ਜਿਹੜਾ ਨਾਮ ਦਾ ਨਿਗ ਦਿੰਦਾ ਹੈ ਤੇ ਸ਼ਬਦ ਉਹ ਹੈ ਜਿਹੜਾ ਅੰਦਰਲੇ ਤਪਸ਼ ਖਤਮ ਕਰਕੇ 시ਤਲਤਾ ਪ੍ਰਦਾਨ ਕਰਦਾ ਹੈ ਉਸ ਨੂੰ ਠੰਡ ਲੱਗ ਜਾਏ ਉਸ ਨੂੰ ਗਰਮੀ ਲੱਗ ਜਾਏ ਉਹ ਸਾਨੂੰ ਸ਼ੀਤਲ ਕਿਵੇਂ ਕਰ ਸਕਦਾ ਹੈ ਮਰਨਛੀਨ ਸ਼ਬਦ ਦੇ ਨਾਲ ਸਾਡਾ ਸੰਬੰਧ ਹੈ ਜਾਂ ਮਰਿਆ ਹੋਇਆ ਸ਼ਬਦ ਜਿਹੜਾ ਉਹਦੇ ਨਾਲ ਸਾਡਾ ਸੰਬੰਧ ਹੈ ਸੁਣਨਾ ਔਖਾ ਹੈ ਇਹੋ ਜਿਹੀਆਂ ਗੱਲਾਂ ਕਹਿਣ ਕਰਕੇ ਜਿਹੜਾ ਹੈ ਉਹ ਕਈ ਵਾਰੀ ਜਿਹੜਾ ਹੈ ਉਹ ਉਸੇ ਤਰ੍ਹਾਂ ਦਾ ਹਾਲਤ ਜਿਵੇਂ ਦੀ ਮਨਸੂਰ ਇਧਿਆਰਤੀ ਦੀ ਹੋਈ ਹੈ ਕਿਉਂਕਿ ਔਖਾ ਕੰਮ ਹੈ ਪਰ ਜਿਸ ਸ਼ਬਦ ਦੇ ਵਿੱਚ ਸਾਡਾ ਯਕੀਨ ਹੈ ਉਹ ਜੀਵੰਤ ਸ਼ਬਦ ਨਹੀਂ ਹੈ ਜੀਵੰਤ ਸ਼ਬਦ ਅੱਖਰਾਂ ਦੇ ਪਿੱਛੇ ਹੈ ਜੀਵੰਤ ਸ਼ਬਦ ਨੂੰ ਰਜਾਈਆਂ ਦੀ ਲੋੜ ਨਹੀਂ ਹੈ ਜੀਵੰਤ ਸ਼ਬਦ ਨੂੰ ਹਿਰਦੇ ਦੀ ਸੇਜਾ ਦੀ ਲੋੜ ਹੈ ਉਸਨੇ ਉੱਥੇ ਟਿਕਣਾ ਹੈ ਉਹ ਜਿਉਂਦੇ ਸ਼ਬਦ ਨੇ ਜਦੋਂ ਅੰਦਰ ਵਸ ਗਿਆ ਬੰਦੇ ਨੂੰ ਜਿਉਂਦਿਆਂ ਕਰ ਦੇਣਾ ਬੰਦਾ ਮਰ ਨਹੀਂ ਸਕਦਾ ਸ਼ਬਦ ਦਾ ਇਸਮਾਤ ਇਹ ਹੈ ਇਹ ਤਾਂ ਸ਼ਬਦੀ ਮਰਨਸ਼ੀਲ ਹੈ ਸ਼ਬਦ ਮਰਨਸ਼ੀਲ ਰਬ ਮਰਨਸ਼ੀਲ ਭਿਖਾਰੀ ਰਬ ਗੋਲਕਾਂ ਅੱਗੇ ਰੱਖਿਆ ਤੇ ਗੁਰੂ ਦੀ ਗੋਲਕ ਹੈਰੇ ਭਾਈ ਗੁਰੂ ਵਿਚਾਰਾ ਫੇਖਿਆ ਥੋੜਾ ਮੰਗਦਾ ਹੈ ਗੁਰੂ ਤੋਂ ਕਿਉਂ ਮੰਗਾਂਦੇ ਹੋ ਇਹ ਤੇ ਲਿਖੋ ਜੀ ਪ੍ਰਬੰਧ ਕਮੇਟੀ ਦੀ ਗੋਲਕ ਹੈ ਗੁਰਦੁਆਰੇ ਸੇਵਾ ਵਾਸਤੇ ਹੈ ਗੁਰੂ ਦੀ ਗੋਲਕ ਕਿੱਥੇ ਹੈ गुरु की बोल तो गरीब का मूँह है और लंगर चा है उतो भी जो गरीबा उठा दे तो वक्रे कर दिए है भी नहीं सो so, इन्हों चीजा नजन वास्ते देखो बाणी इतनी सोहनी खूबसूरत लिखी है साढ़े उचार ने बिगाड़ नमस्तंग अकाले नमस्तंग कृपाले ये अंग की होंगे जी इतने नमस्तम है नमस्तम अकाले नमस्तंग कृपाले नमस्तम है माँ है ਅਸੀਂ ਵੇਨੇ ਫਲੰਗ ਤਸ ਜਨਮਸ ਜਾਵਤ ਬ੍ਰਹਮਨਾ ਬਿੰਦ ਤੇ ਸਾਗਰੰ ਸੰਸਾਰਸ ਬੜਾ ਕੋਟ ਕੋਟ ਕੇ ਸਾਡੇ ਪਾਠੀ ਪਰਦੇ ਨੇ ਜਰਾ ਇਹਨੂੰ ਪੜੋ ਤੇ ਸਹੀ ਭਾਈ ਇਹ ਇਤਨੀ ਖੂਬਸੂਰਤ ਸੰਸਕ੍ਰਿਤੀ ਨੇ ਫਲਮ ਤਸ ਜਨਮਸ ਜਾਵਤ ਬ੍ਰਹਮਨਾ ਬਿੰਦ ਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰ੍ਹਾਂ ਇਹ ਸਿਹਾਰੀਆਂ ਜਿਹੜੀਆਂ ਲੱਗੀਆਂ ਨੇ ਤਸਨ ਤਸਿਆ ਇਹੇੇ ਵਾਸਤੇ ਨੇ ਇਹ ਆਮੀ ਫਜ਼ੂਲ ਨਹੀਂ ਲੱਗੀਆਂ ਇਹਨਾਂ ਨੇ ਫਜ਼ੂਲ ਕਰਤਾ ਜਿਸ ਬਾਣੀ ਦੇ ਮਾਤਰਾਵਾਂ ਨੂੰ ਕਹਿ ਦਿੱਤਾ ਇਹ ਫਜ਼ੂਲ ਨਹੀਂ ਉਚਾਰਨੀ ਨਹੀਂ ਕਰਨਾ ਇਹਨਾਂ ਦਾ ਉਹ ਬਾਣੀ ਜੀਵਨ ਕਿਥੋਂ ਦੇ ਰਹੀ ਜੋ ਪਹਿਲੇ ਮਾਰ ਕੇ ਚੱਲੇ ਉਸ ਨੂੰ ਉਹ ਬਾਣੀ ਜੀਵਨ ਕਿਥੋਂ ਦੇਵੇਗੀ ਇਸੇ ਕਰਕੇ ਜੀਵਨ ਕਿਸੇ ਨੂੰ ਦੇ ਨਹੀਂ ਰਹੀ ਜੀਵਨ ਲੈਣ ਦੀ ਲੋੜ ਵੀ ਕੋਈ ਨਹੀਂ ਪੈਸੇ ਲੈਣ ਦੀ ਲੋੜ ਹੈ ਜੀਵਨ ਦੀ ਕੋਈ ਲੋੜ ਨਹੀਂ ਜਿਹੜਾ ਬਾਣੀ ਨਾਲ ਜੁੜੇਗਾ ਉਸ ਨੂੰ ਤੇ ਟੀਕੇ ਪੜਨ ਦੀ ਲੋੜ ਹੀ ਨਹੀਂ ਬਾਣੀ ਤੇ ਆਪਣੇ ਆਪ ਚ ਇਤਨਾ ਵੱਡਾ ਪ੍ਰਕਾਸ਼ ਹੈ ਤੁਹਾਡੀ ਮਨ ਬੁੱਧੀ ਜਿਹੜੀ ਹੈ ਉਹ ਉੱਥੇ ਪਹੁੰਚਾ ਦੇਵੇ ਕਿ ਜਿੱਥੇ ਕਦੇ ਬੰਦੇ ਨੇ ਕਲਪਨਾ ਹੀ ਨਾ ਕੀਤੀ ਹੋਵੇ ਜਿਹੜੇ ਸਾਡੇ ਸਾਧਕ ਲੋਕ ਜਿਨ੍ਹਾਂ ਬਾਣੀ ਪੜ੍ਹੀ ਸੀ ਉਹ ਤੁਸੀਂ ਦੇਖੋ ਉਹ ਅਨਪੜ ਹੋ ਕੇ ਐਸੀ-ਐਸੀ ਵਿਆਖਿਆ ਕਰਦੇ ਕਿ ਲੋਕ ਉਹਨਾਂ ਦੇ ਪਿੱਛੇ ਵਿੱਚ ਐਸੀ-ਐਸੀ ਵਿਆਖਿਆ ਕਰਦੇ ਅਨਪੜ ਹੋ ਕੇ ਪਰ ਅੱਜ ਪੜ੍ਹ ਲਿਖ ਕੇ ਵੀ ਬਾਣੀ ਨਾਲ ਸਾਡੀ ਇੰਟਰੈਕਸ਼ਨ जोड़ा यदा विस्माद है शब्द का वो शब्द अंदर जाके प्राप्त होना है अंदर जांच, पाठ तो अर्थ सहायक हैं परंतु केवल पाठ तो अर्थ जोड़े ने बुद्धि तक रह जाते हैं इसन अपने व्यवहार लगातार प्रैक्टिस कीतिया फिर यह हिरदे च पक्का वस जाता है फिर शरीर जोड़ा है शरीर शब्द रूप हो जाता है ਜਦੋਂ ਸਰੀਰ ਦਾ ਵਿਚਰਨ ਸ਼ਬਦ ਦੇ ਅਨੁਕੂਲ ਹੋ ਗਿਆ ਅਨੁਰੂਪ ਹੋ ਗਿਆ। ਸ੍ਰੀ ਸ਼ਬਦ ਬਣ ਗਿਆ। ਫਿਰ ਸ਼ਬਦ ਬੋਲਦਾ ਨਜ਼ਰ ਆਏਗਾ ਫਿਰ ਸ਼ਬਦ ਆਪ ਹੀ ਮਾਰਗ ਦੱਸੇਗਾ। ਮੈਨੂੰ ਕਿਸੇ ਨੇ ਪੜਾਇਆ ਕਿ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤ ਹੈ। ਇਹ ਪਾਠ ਗਲਤ ਹੈ। ਕਿਸੇ ਨੇ ਪੜਾਇਆ। ਕਿਸੇ ਕਿਤਾਬ 'ਚ ਨਹੀਂ ਲਿਖਿਆ ਕਿਸੇ ਗ੍ਰੰਥ 'ਚ ਨਹੀਂ ਲਿਖਿਆ ਬਾਣੀ ਨੇ ਦੱਸਿਆ ਮੈਂ। ਇਹ ਗਲਤ ਹੈ। ਕਿਉਂ ਗਲਤ ਹੈ? ਕਤੰਚ ਤੇ ਕੋਈ ਸ਼ਬਦ ਹੀ ਨਹੀਂ ਹੁੰਦਾ। इस संस्कृति श्लोक ने कतं के केड़ा शब्द है कोई शब्द नहीं है शब्द शब्द संस्कृति दो ने कम चा चा दर्शन चा माता कतम चा पिता कतम चा बनता विनोद है। हैं कतम च माता अति तेरी माता किथे है अति तेरा पिता किथे है तेरी स्त्री है ਇਸ ਨੂੰ ਕਤੰਚ ਮਾਤਾ ਕਤੰਚ ਪਿਤਾ ਕਿਸੇ ਨੂੰ ਸਮਝ ਹੀ ਨਾ ਆਇਆ ਕੀ ਬੋਲ ਰਿਹਾ ਸੋ ਇਹ ਬਾਣੀ ਦੇ ਨਾਲ ਇੰਟਰੈਕਸ਼ਨ ਵਾਸਤੇ ਬਾਣੀ ਨੂੰ ਆਪਣੇ ਹਿਰਦੇ ਚ ਵਸਾਣਾ ਪੈਂਦਾ ਆਪਣੇ ਵਿਵਹਾਰ ਵਿੱਚ ਲਿਆਉਣਾ ਪੈਂਦਾ ਫਿਰ ਇਹ ਆਪਣੇ ਆਪ ਹੀ ਜਿਹੜੀ ਹੈ ਬੰਦੇ ਨੂੰ ਬਾਣੀ ਰੂਪ ਕਰਦੀ ਜਾਂਦੀ ਹੈ ਮਨੁੱਖ ਨੇ ਸ਼ਬਦ ਰੂਪ ਆਪ ਹੋਣਾ ਹੈ ਇਹ ਧਿਆਨ ਰੱਖਣਾ ਜਦੋਂ ਸ਼ਬਦ ਰੂਪ ਹੋ ਜਾਏਗਾ ਜਿੱਥੇ ਜਾਏਗਾ ਉਦੀ ਗੱਲ ਸੁਣਨਗੇ ਲੋਕ ਬਾਬੇ ਨਾਨਕ ਦੀ ਜਿਹੇ ਬਾਣੀ ਹੈ ਨਾ ਜਦੋਂ ਸਿੱਖ ਸ਼ਬਦ ਰੂਪ ਹੋ ਜਾਏਗਾ ਬਾਬੇ ਨਾਨਕ ਬਾਣ ਜਿੱਥੇ ਜਾਏਗਾ ਚਾਹੇ ਮਸਜਿਦ ਵਿੱਚ ਚਲਾ ਜਾਏ ਚਾਹੇ ਮੰਦਰ ਵਿੱਚ ਚਲਾ ਜਾਏ ਉਦੀ ਗੱਲ ਸੁਣੀ ਜਾਏਗੀ ਕਿਉਂਕਿ ਉਹ ਬਾਬੇ ਨਾਨਕ ਦੀ ਬਾਣੀ ਹੈ ਬੰਦਾ ਬਾਣੀ ਬਣ ਗਿਆ ਮਨੁੱਖ ਨੇ ਬਾਣੀ ਬਣਨਾ ਹੈ ਇਹ ਧਿਆਨ ਰੱਖਣਾ ਮਨੁੱਖ ਨੇ ਬਾਣੀ ਰੂਪ ਹੋਣਾ ਹੈ ਬਾਣੀ ਬਣਨਾ ਹੈ ਬੰਦੇ ਨੇ ਬਾਣੀ ਸਿਰ ਪੜਨੀ ਨਹੀਂ ਸਿਰ ਪਾਠ ਨਹੀਂ ਕਰਨਾ ਆਠਵੀ ਉਹ ਤਾਂ ਬਹੁਤ ਹੀ ਗੜਬੜ ਹੈ ਜਿਹੜਾ ਅਸੀਂ ਪੈਸੇ ਦੇ ਦੇ ਕੇ ਪਾਠ ਕਰਾਂਦੇ ਆ ਹੈ ਨਾ ਕੋਈ ਬੰਦਾ ਰੋਟੀ ਦੂਜੇ ਨੂੰ ਨਹੀਂ ਕਹਿੰਦਾ ਮੇਰੀ ਰੋਟੀ ਤੂੰ ਖਾ ਲੈ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਕੱਪੜੇ ਤੂੰ ਪਾ ਲੈ ਕਹੇਗਾ ਭਾਈ ਤੂੰ ਆਪਣੇ ਕੱਪੜੇ ਪਾ ਮੈਂ ਆਪਣੇ ਪਾਵਾਂਗਾ ਘਰ ਭਰਾ ਨੂੰ ਨਹੀਂ ਪਾਣ ਦਿੰਦੇ ਵੀ ਨਾ ਮੇਰੇ ਕੱਪੜੇ ਨਾ ਪਾਏ ਨਹੀਂ ਪਾਣਦੇ ਕਹਿੰਨੇ ਮੇਰੇ ਕੱਪੜੇ ਨਾਲ ਖਰਾਬ ਕਰ ਤੂੰ ਅਸੀਂ ਹਰ ਚੀਜ਼ ਆਪਣੇ ਵਾਸਤੇ ਕਰਦੇ ਹਨ ਕਹਿੰਨੇ ਆ ਰੱਬ ਵਾਸਤੇ ਸਾਡੇ ਲਈ ਕੋਈ ਹੋਰ ਹੀ ਬੰਦਾ ਕਰ ਲਵੇ ਚੰਗਾ ਹੈ ਪੈਸੇ ਦੇ ਦੇਣੇ ਆ ਪੇਟਾ ਦੇਣੇ ਆ ਰੱਬ ਦਾ ਨਾਮ ਤੂੰ ਲੈ ਲੈ ਮੇਰੇ ਵਾਸਤੇ ਕਿੱਡੀ ਰੱਬ ਫਜ਼ੂਲ ਚੀਜ਼ ਹੈ ਹੈ ਨਾ ਜਿਸ ਨੂੰ ਕਹਿੰਨੇ ਆ ਮੋਹਨ ਸਭ ਤੇ ਉੱਚਾ ਗਾ ਗਾ ਕੇ ਕਹਿੰਨੇ ਆ ਉੱਚਾ ਸਭ ਤੇ ਉੱਚਾ ਉਸ ਨੂੰ ਗੱਲਾਂ ਬਾਤਾਂ ਵਿੱਚ ਤੇ ਐਡਾ ਵੱਡਾ ਜੀ ਪਰੇ ਹੀ ਪਰੇ ਜਦੋਂ ਕਿਤੇ ਰੱਬ ਦੀ ਗੱਲ ਕਰਨੀ ਹੋਵੇ ਧਰਤੀ ਤੇ ਤੇ ਨਿਗਾਹ ਨਹੀਂ ਟਿਕਦੀ ਉੱਪਰ ਨੂੰ ਹੀ ਨਿਗਾਹ ਜਾਂਦੀ ਏ ਹਾਲਾਂਕਿ ਬਾਬਾ ਨਾਨਕ ਜੀ ਕਹਿ ਗਏ ਧਰਤੀ ਤੇ ਵੇਖ ਲੈ ਇੰਨਾ ਚੀ ਵਸਦਾ ਹੈ ਫੇਰ ਵੀ ਉੱਤੇ ਨੂੰ ਉਹ ਉਹ ਕਰਨ ਵਾਲਾ ਹੈ ਹਾਂਜੀ ਹਾਂ ਕਹਿੰਦੇ ਨਾ ਰੱਬ ਉੱਚਾ ਬਹੁਤ ਹੈ ਪਰ ਸਿਰਫ ਗੱਲਾਂ ਬਾਤਾਂ ਚ ਸਾਡੀ ਬੁੱਧੀ ਵਿੱਚ ਸਾਡੀ ਅਕਲ ਵਿੱਚ ਉਸ ਤੋਂ ਛੋਟੀ ਕੋਈ ਸ਼ੈ ਨਹੀਂ ਹੈ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਲੋਗਨ ਰਾਮ ਖਿਡਾਉ ਨਾ ਜਾਣਾ ਇਹ ਖਿਡਾਉਣਾ ਹੈ ਸਾਡੇ ਹੱਥਾਂ ਦਾ ਕਿਤੇ ਮੂਰਤੀ ਬਣਾ ਦੇਓ ਕਿਤੇ ਅੰਨਾ ਕਰਕੇ ਬਿਠਾ ਦੇਓ ਉਸ ਨੂੰ ਕਿਤੇ ਉਹਦੇ ਐਸੀ ਮੂਰਤੀ ਬਣਾਓ ਵੀ ਹੱਥ ਪੈਰ ਹੀ ਉਡਾ ਦੇਓ ਉਹਦੇ ਮੂਰਤੀ ਬਣਾ ਦਿੱਤੀ ਇਹ ਹੱਥ ਪੈਰ ਕਿਸੇ ਇੱਕ ਧਰਮ ਨੇ ਕਿਸੇ ਇੱਕ ਮੰਦਰ ਵਿੱਚ ਰੱਬ ਦੇ ਨਹੀਂ ਕੱਟੇ ਬਲਕਿ ਹਰ ਧਰਮ ਸਥਾਨ ਉੱਤੇ ਰੱਬ ਨੂੰ ਕੱਟ ਵੱਢ ਕੇ ਉਸ ਦੇ ਨਾਮ ਉੱਤੇ ਦੁਕਾਨਦਾਰੀ ਚਲਾਈ ਜਾਂਦੀ ਹੈ ਇਹਦੇ ਤੋਂ ਬਚਣਾ ਬਾਣੀ ਜਿਹੜਾ ਸ਼ਬਦ ਹੈ ਸ਼ਬਦ ਦੀ ਖੋਜ ਬਾਣੀ ਚ ਕਰਦੀ ਹੈ ਹੁਣ ਜਦੋਂ ਅਸੀਂ ਸ਼ਬਦ ਲਿਖਦੇ ਹਾਂ ਨਾ ਤੇ ਮੈਨੂੰ ਉਹ ਕਾਲੇ ਅਕਸ਼ਰਾਂ ਚ ਕਿਉਂ ਹੁੰਦਾ ਹੈ ਇਸ ਕਰਕੇ ਕਿ ਉਹਦਾ ਬਾਹਰਲੇ ਰੂਪ ਵਿੱਚ ਅ ਗਿਆਨ ਹੈ ਹੱਲੇ ਸਰਫੇਸ ਜਿਹੜਾ ਹੈ ਪੇਪਰ ਦਾ ਉਹ ਚਿੱਟਾ ਹੈ ਇਹਦੇ ਅੰਦਰ ਵਾਈਟਨੈਸ ਹੈ ਅੰਤਰ ਪ੍ਰਕਾਸ਼ ਹੈ ਬਾਹਰਲੇ ਰੂਪ ਤੱਕ ਨਹੀਂ ਰਹਿਣਾ ਅੰਦਰਲੇ ਰੂਪ ਤੱਕ ਜਾਣਾ ਹੈ ਔਰ ਜਿਹੜਾ ਅੰਦਰਲੇ ਰੂਪ ਤੱਕ ਜਾਏਗਾ वो शब्द स्वरूप हो जाएगा उसनों किसी के मार्गदर्शन की लड़ ही नहीं रह जाएगी वो शब्द रूप हो जाएगा और शब्द विस्माद विच जीवेगा फिर सारी सारी कुदरत तो शब्द रूप नज़र आ जाएगी भी ध्यान रखना है अपना आपा शब्द रूप नहीं हो जाएगा बल्कि सारा संसार परमेश नजर आएगा यह विस्माद शब्द है ਮੈਂ ਸਿਰਫ ਕਹਿ ਦੇਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਹੜੀ ਹੈ ਇਹ ਸ਼ਬਦ ਹੈ ਔਰ ਰੱਬ ਦਾ ਸ਼ਬਦ ਹੈ ਤੇ ਬਾਕੀ ਹੋਰ ਕੋਈ ਸ਼ਬਦ ਰੱਬ ਦਾ ਨਹੀਂ ਹੈ ਤੇ ਇਹੋ ਜੀਆਂ ਗੱਲਾਂ ਕਰਕੇ ਤੇ ਇਹਦੇ ਵਿੱਚ ਕੋਈ ਵੀ ਸਮਾਧ ਨਹੀਂ ਇਥੇ ਵੀ ਸਮਾਧ ਨੂੰ ਤੋੜਨ ਵਾਲੀਆਂ ਬਾਤਾਂ ਨੇ ਜਦੋਂ ਹਰ ਚੀਜ਼ ਦੇ ਵਿੱਚ ਹਰ ਬੰਦੇ ਵਿੱਚ ਹਰ ਪੰਛੀ ਦੇ ਵਿੱਚ ਹਰ ਚੇਤਨ ਤੇ ਜੜ ਵਿੱਚ ਜਦੋਂ ਸ਼ਬਦ ਦਾ ਪ੍ਰਕਾਸ਼ਮਾਨ ਪ੍ਰਕਾਸ਼ ਨਜ਼ਰ ਆ ਜਾਏਗਾ ਉਸ ਵੇਲੇ ਸ਼ਬਦ ਵਿੱਚੋਂ ਵਿਸਮਾਧ ਪੈਦਾ ਹੁੰਦਾ ਉਹ ਵਿਸਮਾਦ ਪੈਦਾ ਹੋਏਗਾ ਕਿ ਜਿਸ ਦਾ ਆਨੰਦ ਜਿਹੜਾ ਹੈ ਉਹ ਉਸ ਦੀ ਤੁਲਨਾ ਕਿਸੇ ਸੰਸਾਰ ਦੇ ਪਦਾਰਥ ਨਾਲ ਨਹੀਂ ਕੀਤੀ ਜਾ ਸਕਦੀ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਲਈ ਖਿਮਾ ਪਤਨੀ ਬਾਦੂ ਕਾਟੂ ਗੱਲਾਂ ਜੋਸ਼ ਵਿੱਚ ਕਹਿ ਦਿੱਤੀਆਂ ਨੇ ਉਹ ਖਿਮਾ ਕਰ ਦੇਣੀਆਂ ਜੇ ਇਹਦੇ ਵਿੱਚ ਕੋਈ ਚੰਗੀ ਗੱਲ ਤੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਸ ਨੂੰ ਪਰਲੇ ਬਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਧੰਵਾਦ ਡਾਕਟਰ ਸਾਹਿਬ ਤੁਸੀਂ ਵੀ ਪਿਛਲੇ 1 ਘੰਟੇ ਤੋਂ ਪੂਰਾ ਵਿਸਮਾਦ ਕ੍ਰੀਏਟ ਕਰ ਦਿੱਤਾ ਇੱਥੇ बड़ी खूबसूरत लाइन है वेला सच परवान शब्द पहचान से वार-वार डॉक्टर साहब ने बिहाइंड द लाइनस की गल की है और मैं अक्सर इतने कहना कि जो भी असी खास करके गुरबाणी पढ़ी है गुरु ग्रंथ साहब तो कहने ना एक रीड द लाइनस रीड बिटवीन द लाइनस रीड बिहाइंड द लाइनस ਇਹ ਮੈਨੂੰ ਲੱਗਦਾ ਕਿ ਰੀਡ ਬਿਹਾਈਂਡ ਦਾ ਲਾਈਨਸ ਜਿਹੜਾ ਹੈ ਉਹ ਸ਼ਬਦ ਗੁਰੂ ਵਾਲੀ ਗੱਲ ਹੈ ਇਹ ਬੜੀ ਜ਼ਰੂਰੀ ਗੱਲ ਹੈ ਨਾ ਸਮਝੀ ਕਾਰਨ ਸਾਡੇ ਜਿਹੜਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਅਭਿਆਸ ਵਿੱਚ ਦੋਸ਼ ਪੈਦਾ ਹੋ ਗਏ ਨੇ ਔਰ ਸਿੱਖ ਅਭਿਆਸ ਜਿਹੜਾ ਸ਼ਬਦ ਤੋਂ ਦੂਰ ਹੋੁੰਦਾ ਜਾ ਰਿਹਾ ਜਾਂ ਹੋ ਗਿਆ ਹੈ ਸਿੱਖਾਂ ਨੂੰ ਸਿਰਫ ਜਨਮ ਨਾਲ ਸਬੰਧਤ ਇੱਕ ਨਸਲ ਨੁਮਾ ਕੌਮ ਦੇ ਰੂਪ ਵਿੱਚ ਜਾਣਿਆ ਜਾਣ ਲੱਗ ਪਿਆ ਜਾਤਾਂ ਵਿੱਚ ਜੱਟਾਂ ਪਾਪਿਆਂ ਮਜਬੀਆਂ ਰਾਮਗੜੀਆਂ ਵਿੱਚ ਅਸੀਂ ਵੰਡੇ ਗਿਆ ਔਰ ਜਾਣਨ ਲੱਗ ਪਿਆ ਔਰ ਸਿੱਖੀ ਦਾ ਜਿਹੜਾ ਪੇੜ ਖਾਲੀ ਹੋਣਾ ਸ਼ੁਰੂ ਹੋ ਗਿਆ ਔਰ ਪਤਾ ਹੀ ਨਹੀਂ ਲੱਗਾ ਇਹਦੇ ਵਿੱਚ ਕਿ ਧਰਮ ਵਿੱਚੋਂ ਕਿੱਥੇ ਚਲਾ ਗਿਆ ਜਿਹੜੀ ਸ਼ਬਦ ਗੁਰੂ ਦੀ ਮੈਂ ਗੱਲ ਕਰ ਰਿਹਾ ਸਾਨੂੰ ਇਸ ਜੈਨੇਟਿਕ ਤੋਂ ਖਸਲਤ ਤੋਂ ਆਜ਼ਾਦ ਹੋਣਾ ਪਏਗਾ ਸ਼ਬਦ ਦੀ ਸ਼ਰਨ ਆਏ ਬਿਨਾ ਜਿਹੜੀ ਹੈ ਇਹ ਸਿੱਖੀ ਵਿੱਚ ਸਿੱਖੀ ਦੇ ਸਹਜ ਵਿੱਚ ਪਰਵੇਸ਼ ਨਹੀਂ ਹੋ ਸਕਦਾ ਜਦ ਤੱਕ ਅਸੀਂ ਸ਼ਬਦ ਨੂੰ ਸੁਣਾਂ ਨਹੀਂ ਸਮਝਾਂਗੇ ਔਰ ਇਹ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਹੈ ਸ਼ਬਦ ਗੁਰੂ ਸੁਰਤ ਧਨ ਚੇਲਾ ਤੇ ਮੈਂ ਵਾਰ-ਵਾਰ ਕਹਿੰਨਾ ਕਿ ਸ਼ਬਦ ਗੁਰੂ ਹੋ ਗਿਆ ਤਾਂ ਸਮਝ ਆਂਦੀ ਵੀ ਹੈ ਤੇ ਚੇਲਾ ਤਾਂ ਫਿਰ ਸਾਡੀ ਬਾਡੀ ਨੂੰ ਨਹੀਂ ਕਿਹਾ ਉਹ ਸੁਰਤ ਨੂੰ ਕਿਹਾ ਸੁਰਤ ਚੇਲਾ ਤੇ ਜਦ ਤੱਕ ਉਹ ਸੁਰਤ ਨਹੀਂ ਜਾਂ ਬਿਹਾਈਂਡ ਦੀ ਲਾਈਨ ਵਾਲੀ ਗੱਲ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਸ਼ਬਦ ਗੁਰੂ ਗੁਰੂ ਕਹਿ ਲਈਏ ਤੇ ਮੈਨੂੰ ਲੱਗਦਾ ਕਿ ਜਿਹੜੀ ਉਹ ਫਲਸਫੀ ਹੈ ਗੁਰਬਾਣੀ ਦੀ ਉਹ ਸਾਡੇ ਅੰਦਰ ਤੱਕ ਨਹੀਂ ਜਾਏਗੀ ਔਰ ਇਹ ਤੈ ਕਿ ਜਦੋਂ ਤੁਸੀਂ ਗੁਰਬਾਣੀ ਪੜੋਗੇ ਮੈਂ ਜਾਤੀ ਜਿਹੜਾ ਇਹ ਤਜਰਬਾ ਹੈ ਕਿ ਮੈਂ ਹੁਣ 8ਵੀਂ ਵਾਰ ਮੈਂ ਪਾਠ ਕਰਦਾ ਸੈਂਚੀਆਂ ਤੋਂ ਔਰ ਵਿਦ मीनिंग्स ਵਾਲੀਆਂ ਸੈਂਚੀਆਂ ਤੋਂ ਔਰ 8ਵੀਂ ਵਾਰ ਪੜ ਰਿਹਾ ਤਾਂ ਪਹਿਲੀ ਔਰ 8ਵੀਂ ਵਾਰ ਦੇ ਵਿੱਚ ਇੱਕ ਇੱਕ ਕਈ ਵਾਰੀ ਇੱਕ ਇੱਕ ਲਾਈਨ ਦੇ ਨਵੇਂ-ਨਵੇਂ ਮਤਲਬ ਆਣੇ ਸ਼ੁਰੂ ਹੋ ਗਏ ਜੋ ਕਿਸੇ ਲਾਈਨ ਦਾ ਮੈਨੂੰ ਪਹਿਲੀ ਵਾਰ ਮਤਲਬ ਸਮਝ ਆਇਆ ਹੁਣ ਕੋਈ ਹੋਰ ਸਮਝ ਆ ਰਿਹਾ ਔਰ ਇਹ ਤੈ ਹੈ ਕਿ ਜਦੋਂ ਗੁਰਬਾਣੀ ਨੂੰ ਮੈਂ ਕੱਲ ਵੀ ਕਿਹਾ ਸੀ ਇਹ ਸਮੁੰਦਰ ਹੈ ਇਹਦਾ ਅਥਾ ਪਾਣਾ ਤਾਂ ਬੜਾ ਮੁਸ਼ਕਲ ਹੈ ਪਰ ਇਹ ਪੱਕੀ ਗੱਲ ਹੈ ਕਿ ਜਦੋਂ ਤੁਸੀਂ ਪੜਨਾ ਸ਼ੁਰੂ ਕਰੋਗੇ ਨਾ ਬਾਣੀ ਨੂੰ ਤੁਹਾਨੂੰ ਇਹਦੇ ਵਿੱਚ ਨਵੇਂ-ਨਵੇਂ ਮਤਲਬ ਨਜ਼ਰ ਆਣਗੇ ਔਰ ਤਾਂ ਹੀ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਬਾਣੀ ਦੀ ਇੰਟਰਪ੍ਰੀਟੇਸ਼ਨ ਹੈ ਇਹ ਸਮੇਂ ਦੇ ਸਮੇਂ ਨਾਲ ਬਦਲਦੀ ਰਹੇਗੀ ਇਹ ਤੈ ਜੋ ਅੱਜ ਤੋਂ 300 ਸਾਲ ਪਹਿਲੇ ਬਾਣੀ ਦੀ ਇੰਟਰਪ੍ਰੀਟੇਸ਼ਨ ਸੀ ਉਹ ਅੱਜ ਦੇ ਸਮੇਂ ਬੜੀ ਜ਼ਰੂਰਤ ਹੈ ਔਰ ਸਾਡੇ ਖਾਸ ਕਰਕੇ ਸਾਡੀ ਗੁਰਗ੍ਰੰਥ ਸਾਹਿਬ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਹਰ 2-4 ਸਾਲ ਬਾਅਦ 5 ਸਾਲ ਬਾਅਦ ਨਵੀਂ ਇੰਟਰਪ੍ਰੀਟੇਸ਼ਨ ਕਰਨੀ ਪੈਗੀ ਮੈਂ ਮਸਲਾ ਨੇ ਇੱਕ ਐਗਜ਼ਾਮਪਲ ਦੇ ਕੇ ਕਿ ਗੁਰਬਾਣੀ ਵਿੱਚ ਹੈ ਕਿ ਪਸ਼ੂ ਮਰੇ ਕਚ ਕਾਮ ਨਾ ਆਵੇ ਨਰੂ ਮਰੇ ਕਾ 10 ਕਾਜ ਸਵਾਰ ਨਰੂ ਮਰੇ ਕਚ ਕਾਮ ਨਾ ਆਵੇ ਪਸ਼ੂ ਮਰੇ 10 ਕਾਜ ਸਵਾਰ ਹੁਣ ਅੱਜ ਤਾਂ ਬੰਦਾ ਮਰ ਰਿਹਾ ਹੈ ਤੇ ਉਹਦੀ ਕਿਡਨੀ ਵੀ ਆ ਰਹੀ ਹੈ ਲੀਵਰ ਵੀ ਕੰਮ ਆ ਰਿਹਾ ਹੈ ਹਾਰਟ ਵੀ ਆ ਰਿਹਾ ਹੈ ਬਲੱਡ ਵੀ ਸਕਿਨ ਵੀ ਗੁਰਬਾਣੀ ਤਾਂ ਇਹ ਗਲਤ ਨਹੀਂ ਹੋ ਸਕਦੇ ਤੇ ਇਹਦੀ ਹੁਣ ਅੱਜ ਦੇ ਇੰਟਰਪ੍ਰੀਟੇਸ਼ਨ ਜਿਹੜੀ ਹੋਈ ਉਹ ਇਹ ਹੋਈ ਕਿ ਜੇ ਬੰਦੇ ਦੇ ਅੰਦਰ ਦਾ ਪਸ਼ੂਪਨ ਮਰ ਜਾਏ ਤਾਂ ਉਹ ਦਸ ਕਾਇ ਸਵਾਰ ਦੇਗਾ ਜੇ ਬੰਦੇ ਦੇ ਅੰਦਰ ਦਾ ਨਰ ਮਰ ਜਾਏਗਾ ਉਹ ਕਿਸੇ ਕੰਮ ਨਹੀਂ ਆਏਗਾ ਇਹ ਇੰਟਰਪ੍ਰੀਟੇਸ਼ਨ ਨਵੀਂ ਬਣੀ ਤਾਂ ਇਹ ਜਿਹੜੀ ਗੱਲ ਹੈ ਗੁਰਬਾਣੀ ਨੂੰ ਜਿਵੇਂ ਜਿਵੇਂ ਅਸੀਂ ਸਮੇਂ ਦੇ ਅਨੁਸਾਰ ਪੜਾਂਗੇ ਉਹਦੇ ਨਵੇਂ-ਨਵੇਂ ਮਤਲਬ ਆਣਗੇ ਔਰ ਜਿਹੜੀ ਸ਼ਬਦ ਗੁਰੂ ਦਾਸੀ ਅੱਜ ਲੈਕਚਰ ਰੱਖਿਆ ਹੀ ਇਸ ਲਈ ਹੈ ਔਰ ਅਸੀਂ ਵਾਰ-ਵਾਰ ਕਹਿੰਨੇ ਆ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇੱਕ ਜੋਤ ਤੇ ਜੁਗਤੀ ਦਾ ਸੰਕਲਪ ਜੋ ਸ਼ਬਦ ਦਾ ਇੰਟਰਪ੍ਰੀਟੇਸ਼ਨ ਜਾਂ ਜੋ ਸ਼ਬਦ ਨੂੰ ਗੁਰੂ ਗੁਰਨਾਨਕ ਸਾਹਿਬ ਨੇ ਸਮਝਿਆ ਉਹ ਸ਼ਬਦ ਅੱਗੇ ਟਰੈਵਲ ਹੋਇਆ ਬਾਡੀਜ਼ ਨਹੀਂ ਟਰੈਵਲ ਹੋਈ ਗੁਰਨਾਨਕ ਸਾਹਿਬ ਦੇ ਜਿੰਦੇ ਜੀ ਗੁਰੂ ਅੰਗਦ ਸਾਹਿਬ ਨੂੰ ਗੁਰੂ ਗੁਰੂ ਬਣਾ ਦਿੱਤਾ ਤੇ ਗੁਰਨਾਨਕ ਸਾਹਿਬ ਨੇ ਉਸ ਨੂੰ ਮੱਥਾ ਟੇਕਿਆ ਗੁਰੂ ਅੰਗਦ ਨੂੰ ਸਰੀਰ ਨੂੰ ਨਹੀਂ ਟੇਕਿਆ ਉਹ ਸ਼ਬਦ ਨੂੰ ਗੁਰੂ ਨੂੰ ਟੇ ਤੇ ਇਸੇ ਤਰ੍ਹਾਂ ਗੁਰੂ 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 ਗ੍ਰੰਥ ਸਾਹਿਬ ਤੱਕ ਜੋਤ ਜਿਹੜੀ ਹੈ ਜਾਨਦੀ ਰਹੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜੀਏ ਸੱਚੀ ਗੱਲ ਤਾਂ ਇਹ ਹੀ ਹੈ ਕਿ ਵੀ ਆਰ ਨਾਟ ਰੀਡਿੰਗ ਇਟ ਵੀ ਆਰ ਨਾਟ ਅੰਡਰਸਟੈਂਡਿੰਗ ਇਟ ਵੀ ਆਰ ਨਾਟ ਲਿਵਿੰਗ ਇਟ ਇਸ ਨੂੰ ਬੜਾ ਜ਼ਰੂਰੀ ਹੈ ਸਮਝਣਾ ਇੱਕ ਗੱਲ ਮੈਂ ਜ਼ਰੂਰ ਕਹਾਂ ਕਿ ਸਿੰਗਾਪੁਰ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਮਨਾ ਰਹੇ ਸੀ ਤੇ ਉਹਨਾਂ ਨੇ ਇੱਕ ਚੀਨ ਦੇ ਮਨਿਸਟਰ ਨੂੰ ਉੱਥੇ ਐਜ਼ ਅ ਚੀਫ ਗੈਸਟ ਬੁਲਾ ਲਿਆ ਔਰ ਉਹ ਤੇ ਦੱਸਿਆ ਕਿ ਸ਼ਬਦ ਗੁਰੂ ਹੈ ਗੁਰੂ ਗੰਬ ਸਾਹਿਬ ਜਾਗਤ ਜੋਤ ਹੈ ਪੂਰੀ ਮਨੁੱਖਤਾ ਦਾ ਗੁਰੂ ਇਟਸ ਫੈਕਟ ਪਰ ਉਹ ਜਦੋਂ ਚਾਈਨਾ ਦਾ ਮਿਨਿਸਟਰ 2 ਮਿੰਟ ਲਈ ਬੋਲਣ ਲੱਗਾ ਤੇ ਉਹਨੇ ਕੋਈ ਗੱਲ ਪੁੱਛੀ ਕਿ ਆਈ ਕੈਨ ਨਾ ਰੀਡ ਇਟ ਆਈ ਕੈਨ ਨਾ ਅੰਡਰਸਟੈਂਡ ਹਾਊ ਇਟ ਕੈਨ ਬੀ ਮਾਈ ਗੁਰੂ ਸੋ ਮੈਨੂੰ ਜਦੋਂ ਕਿਸੇ ਨੇ ਦੱਸਿਆ ਤੇ ਮੈਂ ਕਿਹਾ ਸੇਮ ਥਿੰਗ ਇਜ਼ ਹੈਪਨਿੰਗ ਵਿਦ ਅਸ ਵੀ ਆਰ ਨਾਟ ਰੀਡਿੰਗ ਇਟ ਵੀ ਆਰ ਨਾਟ ਅੰਡਰਸਟੈਂਡਿੰਗ ਇਟ ਬਸ ਠੀਕ ਹੈ ਮੱਥੇ ਟੇਕ ਰਿਹਾ ਪ੍ਰਕਰਮਾ ਕਰਦੇ ਹਾਂ ਠੀਕ ਹੈ ਉਹ ਸਤਕਾਰ ਹੈ ਸ਼ਰਧਾ ਹੈ ਪ੍ਰਸ਼ਰਦਾ ਦੀ ਜੜ ਗਿਆਨ ਹੋਣਾ ਚਾਹੀਦਾ ਜਦ ਤੱਕ ਅਸੀਂ ਖੁਦ ਨੂੰ ਪੜਾਂਗੇ ਨਹੀਂ ਉਹ ਸਾਡਾ ਸ਼ਬਦ ਗੁਰੂ ਕਿਵੇਂ ਹੋ ਸਕਦਾ ਹੈ ਪੜਾਂਗੇ ਤਾਂ ਫਿਰ ਤਾਂ ਹੀ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਔਰ ਫਿਰ ਪੂਰੀ ਦੁਨੀਆ ਤੱਕ ਇਹਦੇ ਮੈਸੇਜ ਨੂੰ ਲਿਜਾ ਪਾਵਾਂਗੇ ਤਾਂ ਅੱਜ ਦੇ ਦੋਨੋਂ ਲੈਕਚਰ ਇਤਨੇ ਹੀ ਜੀ ਬੁੱਲਣਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ